अच्छा अच्छा बैठ रहे ने थोड़े थोड़े अच्छा की गल है मैं क्या कैसी लगी तन्नू मेरी है भाई तुम्हारी ऐड जेडी बनी है ना मेनू पसंद आई है अच्छी लगी है अच्छा लेकिन साडी जरा दरअसल मजबूरी है की देखो सी बिजनेसमैन लोग हां सी हर साल इस दफ्तर तो अपनी फैक्ट्री दी पब्लिसिटी बनवाई दी है हां बिजनेस भी अच्छा हुंदा है लेकिन इस साल जेडी पब्लिसिटी बनी ओदे च मेरा पार्टनर ने इतराज कीता है कि जी मॉडल चेंज करो हो ही नहीं सकता क्योंकि 5 साल तो इस मॉडलिंग की मैं खड़ी हूं अगले आने वाले 5 साल तक भी मैं अपने पार्टनर नु बुलाओ मेरे पार्टनर नु की बुलाओ जी ओ साडी शुगर मिल एक गन्नेया दा कमा दे अपना साडा ते की है मेरा ते पार्टनर मशहूर ही बड़ा चौधरी बशीर गन्नेया वाला बुलाओ ओ नहीं मानदा ओन मैं मना लांगी बुलाओ अच्छा मना दे तू मेनू भी लेंगी की बकवास चौधरी बशीर ਨਾ ਬਿਲਕੁਲ ਪਸੰਦ ਨਹੀਂ ਆਈ ਕਮਰਸ਼ਲ ਮੈਨੂੰ ਬਸ ਚੌਧਰੀ ਬਸ਼ੀਰ ਸਾਹਿਬ ਨੂੰ ਨਹੀਂ ਆਈ ਪਸੰਦ ਮੈਂ ਤਾਂ ਉਹਨਾਂ ਨੂੰ ਵੀ ਬੁਲਾਉ ਉਹਨਾਂ ਨੂੰ ਵੀ ਮੈਂ ਕਹਿ ਦੇਣਾ ਹਾਂ ਅੱਜ ਸੱਦ ਕੇ ਜਾਵਾਂ ਹਾਂਜੀ ਜੀ ਤੇ ਕਰਦਾ ਜੇ ਕਿ 100 ਦੀ ਸਪੀਡ ਤੇ ਜਾਵਾਂ ਮਰੇ ਜਿਹੋ ਜੀ ਤੇਰੀ ਸਿਹਤ ਹੈ ਨਾ ਤੂੰ 60 ਦੀ ਸਪੀਡ ਨਹੀਂ ਟੱਪ ਸਕਦਾ ਤੂੰ ਮੋਟਰਵੇ ਤੇ ਚੜਨ ਤੇ ਦੇ ਜੇ ਸੂਈ ਇੰਜਨ ਨਾ ਕਰੇ ਕਈ ਲਾਣੇ ਤੇ ਕੀ ਬਕਵਾਸ ਹੈ ਤੇਰੀ ਬੇਬੇ ਨਿਊ ਹਾਂ ਦੇ ਡਰਾਈਵਰ ਨਾਲ ਫਸੀ ਰਹੀ ਵੀ ਚੌਧਰੀ ਬਸ਼ੀਰ ਨੂੰ ਕਹਿੰਦੀ ਕੀ ਹੈ ਕਹਿੰਦੀ ਕੀ ਇਹ ਵੀ ਮੈਂ ਤੈਨੂੰ ਦੱਸ ਦਿੱਤਾ ਚੌਧਰੀ ਬਸ਼ੀਰ ਨੇ ਕਿ ਅਸੀਂ ਮਾਡਲ ਚੇਂਜ ਕਰਨੀ ਹੋਈ ਨਹੀਂ ਸਕਦਾ ਹੋਈ ਨਹੀਂ ਸਕਦਾ ਮੇਰੀ ਵਜ੍ਹਾ ਨਾਲ ਤੁਹਾਡੀ ਕੰਪਨੀ ਹਾਈ ਲੈਵਲ ਤੇ ਗਈ ਹੈ ਇਹ ਕਿਉਂ ਭੁੱਲਦੇ ਆ ਇਹ ਕਿਹੜਾ ਲੈਵਲ ਹੈ ਜਿਹੜਾ ਇੰਜ ਕਰਕੇ ਹਾਈ ਹੁੰਦਾ ਹੈ ਬਈ ਮੇਰਾ ਲੈਵਲ ਇੰਜ ਹਾਈ ਹੁੰਦਾ ਹੈ ਇਹ ਮਾਡਲਾਂ ਜਿਹੜੀਆਂ ਨੇ ਉਰਦੂ ਬੋਲਦੀਆਂ ਨੇ ਇੰਗਲਿਸ਼ ਚ ਗੱਲ ਕਰਦੀਆਂ ਨੇ ਸਹੀ ਇਹ ਕਿਹੋ ਜੀ ਪੈਂਡਨ ਮਾਡਲ ਹੈ ਹਾਈ ਲੈਵਲ ਹਾਈ ਲੈਵਲ ਤੇ ਪੈਂਡਨ ਮਾਡਲ ਦੀ ਵਜ੍ਹਾ ਨਾਲ ਤੁਹਾਡੀ ਕੰਪਨੀ ਹਾਈ ਲੈਵਲ ਤੇ ਗਈ ਹੈ ਇਸ ਪੈਂਡਨ ਮਾਡਲ ਦੀ ਕੱਲ ਦੀ ਗੱਲ ਸੁਣ ਲੈ ਕੀ ਐਡੀ ਬੇਵਕੂਫ ਹੈ ਕੱਲ ਅਮਰੂਦਾਂ ਨੇ ਨੂੰ ਕਹਿਣ ਦੇਈ ਸੀ ਐ ਵੇ ਭਾਈ ਅਮਰੂਦਾਂ ਲਿਆ ਮੇਰਾ ਜਿਹੜਾ ਕੜਾਕਾ ਤੇ ਕੱਟ ਦੇਈ ਹਾਂ ਸ਼ਰਮ ਕਾ ਸ਼ਰਮ ਮੈਂ ਕਰਾਂਗਾ ਤੂੰ ਕਰੇ ਵੀ ਤੂੰ ਸ਼ਰਮ ਕਾ ਉਹ ਸ਼ਰਮ ਕਾ ਦੀ 4 ਸਾਲ ਹੀ ਨੇ ਤੇਰੇ ਹੁਣ ਘਰ ਬਸ ਕਰ ਜਦੋਂ ਤੇਰੇ ਨਾਲ ਇੱਕ ਬੰਦਾ ਨਹੀਂ ਨਾ ਫਸਣਾ ਫਿਰ ਆ ਜਿਹੜੇ ਪਾਟੀ ਮਲੰਗ ਸੁੱਤੇ ਹੁੰਦੇ ਨੇ ਤੂੰ ਉਹਨਾਂ ਨੂੰ ਜਗਾ ਕੇ ਕਹਿਣਾ ਉੱਠੋ ਤੁਹਾਡੀ ਤਕਦੀਰ ਬਦਲਦਿਆਂ ਮਲੰਗ ਤਕਦੀਰ ਬਦਲੀ ਜਾ ਸਾਡੀ ਨਹੀਂ ਨਹੀਂ ਇਹ ਸਹੀ ਕਹਿੰਦਾ ਇਹ ਵਾਕਈ ਮਲੰਗ ਹੈ ਹਾਂ 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 ਕਿਵੇਂ ਇਹਦੀ ਮਾਂ ਨੇ ਇੱਕ ਮਲੰਗ ਕੋਲੋਂ ਇਹਨੂੰ ਮੰਗਿਆ ਸੀ ਹਾਂ ਫੇਰ ਮਲੰਗ ਦੇ ਸਾਹਮਣੇ ਧਮਾਲਾ ਪਾਵਾ ਕਿ ਉਹਨੇ ਕਿਹਾ ਮਲੰਗਾ ਤੇਥੋਂ ਹੀ ਲੈਣਾ ਤੇਥੋਂ ਹੀ ਲੈਣਾ ਫੇਰ ਬਸ ਫਿਰ ਮੌਸਮ ਠੀਕ ਸੀ ਮਲੰਗ ਹੋਣੀ ਮੂਡ ਚ ਸਾਂ ਓਏ ਯਾਰ ਉਹਨਾਂ ਨੇ ਦੁਆ ਕੀਤੀ ਅੱਲਾ ਨੇ ਰਹਿਮਤ ਕਰਤੀ ਤੇ ਤੂੰ ਦੁਆ ਪਹਿਲੇ ਵੀ ਕਰਾ ਸਕਣਾ ਮਰ ਗਿਆ ਜਿਹੜਾ ਬਾਅਦ ਚ ਕਰਾਣੀ ਐਡਾ ਤੂੰ ਚੂਚਾ ਰਹਿੰਦਾ ਨਹੀਂ ਮੌਜ ਫੇਰ ਦੁਆ ਹੈ ਜੇ ਕੋਈ ਗੱਲ ਐਵੇਂ ਕਿ ਅਸੀਂ ਮਾਡਲ ਆਪਣੀ ਚੇਂਜ ਕਰਨੀ ਹੈ ਹੋ ਹੀ ਨਹੀਂ ਸਕਦਾ ਹੋ ਕਿਉਂ ਨਹੀਂ ਸਕਦਾ ਚੌਧਰੀ ਬਸ਼ੀਰ ਗੰਨੇ ਵਾਲਾ ਕਹਿੰਦੇ ਆ ਉਹ ਨਹੀਂ ਬੀਬੀ ਸਾਨੂੰ ਨਵੀਂ ਕੁੜੀ ਚਾਹੀਦੀ ਹੈ ਕੀ ਚਾਹੀਦਾ ਹਾਂ ਨਵੀਂ ਕੁੜੀ ਚਾਹੀਦੀ ਸਾਨੂੰ ਤੇ ਫੇਰ ਘਰੋਂ ਲੈ ਆ ਮਾਸ਼ਾਅੱਲਾ ਪਬਲਿਸਿਟੀ ਅਸੀਂ ਚਿੱਕੜ ਦੀ ਕਰਵਾਉਣੀ ਹੈ ਕੀ ਬਤਲਾ ਇਹਦੀਆਂ ਭੈਣਾਂ ਤੇ ਇਹਦੇ ਕੋ ਵੀ ਡਰਾਉਣੀਆਂ ਨੇ ਹੈ ਤੇ ਤੇਰੀਆਂ ਉਹਨਾਂ ਬੜੀ ਰੌਣਕ ਲਾਈ ਆ ਰੌਣਕ ਉਹਨਾਂ ਨੇ ਚੌਕ 'ਚ ਭੰਗੂੜਾ ਲਾਇਆ ਉਹ ਨਹੀਂ ਚਾਹੀਦੀ ਯਾਰ ਸਾਨੂੰ ਇਹ ਮਾਡਲ ਨਵੀਂ ਕੁੜੀ ਚਾਹੀਦੀ ਹੈ ਜਿਹੜੀ ਸਾਡੀ ਕਮਰਸ਼ਲ 'ਚ ਕੰਮ ਕਰੇ ਜਿਹੜੀ ਆ ਕੇ ਕਵੇ ਕੀ ਬਸ਼ੀਰ ਦਾ ਗੰਨਾ ਹੈ ਮਿੱਠਾ ਤੇ ਲੰਮਾ ਬਸ਼ੀਰ ਦਾ ਗੰਨਾ ਆਇਆ ਨੂੰ ਹੱਥ ਮਾਰ ਚੌਧਰੀ ਬਸ਼ੀਰ ਕੀ ਬਣ ਗਈ ਹੈ ਤੈਨੂੰ ਉਹ ਭਾਈ ਸਾਹਿਬ ਇਹਨੂੰ ਸਮਝਾਓ ਪਾਕਿਸਤਾਨ 'ਚ ਦੋ ਹੀ ਤੇ ਮਸ਼ਹੂਰ ਚੀਜ਼ਾਂ ਹੋਈਆਂ ਕੀ ਇੱਕ ਆਲਮ ਚੰਨਾ ਤੇ ਦੂਜਾ ਬਸ਼ੀਰ ਦਾ ਗੰਨਾ ਮੈਨੂੰ ਸਮਝ ਆ ਗਈ ਕੀ ਮੈਨੂੰ ਕਿਹਾ ਸੀ ਕਿ ਐਡ ਮੈਂ ਨਹੀਂ ਕਰਨੀ ਤੇ ਇਸ ਲਈ ਉਹਨੇ ਮੈਨੂੰ ਕੱਟ ਕੀਤਾ ਉਹ ਨਹੀਂ ਚੌਧਰੀ ਬਸ਼ੀਰ ਨੇ ਤਾਂ ਪਬਲਿਸਿਟੀ ਦਾ ਨਮੂਨਾ ਵੀ ਤਿਆਰ ਕਰ ਲਿਆ ਹੈ ਹਾਂਜੀ ਸਟੋਰੀ ਮੈਂ ਆਪ ਬਣਾ ਲਈ ਜੀ ਹਾਂ ਕੁੜੀ ਸਮੁੰਦਰ 'ਚੋਂ ਨਹਾ ਕੇ ਨਿਕਲੀ ਹੈ ਆਹਾ ਅੱਗੇ ਬਸ਼ੀਰ ਬੈਠਾ ਹੈ ਬਸ ਬਈ ਪਰ ਠੀਕ ਹੈ ਅੱਗੋਂ ਸਾਨੂੰ ਸਮਝ ਲੱਗ ਗਈ ਨਹੀਂ ਜੀ ਚਲੋ ਚੇਂਜ ਕਰ ਲੋ ਹਾਂ ਕੀ ਕੁੜੀ ਨੇ ਸ਼ੇਰ ਬੋਲਿਆ ਕੀ ਆਹਾ ਕੁੜੀ ਕਹਿੰਦੀ ਹੈ ਟੱਪ ਕੇ ਆ ਜਾ ਬੰਨਾ ਤੇ ਚੂ ਬਸ਼ੀਰ ਦਾ ਗੰਨਾ ਤੂੰ ਇੰਜ ਬਾਸ ਨਹੀਂ ਆਣਾ ਬੇਬੇ ਤੇਰੀ ਸਾਰੀ ਜ਼ਿੰਦਗੀ ਗੰਡੇਰੀਆਂ ਚੂਸਾਂ ਤੋਂ ਤਰਸਦੀ ਰਹੀ ਹੈ ਕਿਹੜੀ ਮੇਰੀ ਬੇਬੇ ਨੂੰ ਯਾਰ ਇਸ ਬੇਬੇ ਮੇਰੀ ਗੱਲ ਸੁਣੋ ਇਹ ਜਦ ਤੱਕ ਇਸ ਦਫ਼ਤਰ ਦੇ ਮਾਲਕ ਸ਼ਾਹ ਸਾਹਿਬ ਨਹੀਂ ਨਾ ਆਂਦੇ ਉਨੀ ਦੇਰ ਤੱਕ ਇਸ ਗੱਲ ਦਾ ਫੈਸਲਾ ਨਹੀਂ ਜੇ ਹੋਣਾ ਮੈਨੂੰ ਪਤਾ ਹੈ ਫੈਸਲਾ ਸ਼ਾਹੀ ਸਾਹਿਬ ਕਰਨਗੇ ਸ਼ਾਹੀ ਸਾਹਿਬ ਨੂੰ ਬੁਲਾਓ ਬੁਲਾਓ ਸ਼ਾਹੀ ਸਾਹਿਬ ਕਾਹਦਾ ਰੌਲਾ ਕਾਹਦੀ ਲੜਾਈ ਹੈ ਰੌਲਾ ਕਾਹਦਾ ਪਾਤਾ ਹੋਇਆ ਕੀ ਇਹਦਾ ਮਸਲਾ ਕੀ ਬਣ ਗਿਆ ਬਸ ਬਸ ਚੁੱਪ ਕਰ ਜਾ ਚੁੱਪ ਕਰ ਜਾ ਰੌਣਕ ਨਹੀਂ ਰੌਣਾ ਮੈਂ ਤੇਰਾ ਇੱਕ ਇੱਕ ਪੈਸਾ ਵਸੂਲ ਕਰਾਂਗਾ ਇਹਨਾਂ ਕੋ ਜੀ ਓ ਵਪਾਰੀਆ
ਅਸੀਂ ਕੀ ਕਹਿਣਾ ਪਿਛਲੇ ਰੋਣੇ ਸਾਡੇ ਤੇ ਪਾਣ ਡਈ ਹੈ ਕੀ ਕਿਹਾ ਤੈਨੂੰ ਕਹਿੰਦੇ ਨੇ ਕਿ ਤੂੰ ਇਸ ਐਡ ਵਿੱਚ ਨਹੀਂ ਹੈਗੀ ਅਸੀਂ ਨਵੀਂ ਬੱਚੀ ਰੱਖਣੀ ਹੈ ਓ ਲੈਕੋ ਕਿਨੂੰ ਇਨਕਾਰ ਕਰ ਰਹੇ ਜਿੰਨੇ ਤੁਹਾਡੀ ਸੈਕਰੀਫਾਈਸ ਕੀਤਾ ਕੁਰਬਾਨੀਆਂ ਦਿੱਤੀਆਂ ਇਸ ਕੁੜੀ ਨੂੰ ਇਨਕਾਰ ਕਰ ਰਹੇ ਹੋ ਸਾਡੇ ਆਸ ਕੀ 7 ਦਿਨ ਸਾਈਕਲ ਚਲਾਉਂਦੀ ਰਹੀ ਇਹ ਕੋਈ ਮਾਮੂਲੀ ਬੱਚੀ ਨਹੀਂ ਇਸ ਬੱਚੀ ਦੀਆਂ ਕੁਆਲਟੀਆਂ ਦਾ ਤਾਂ ਨਹੀਂ ਪਤਾ ਕੀ ਇਹ ਤੇ ਜਨਾਜ਼ਿਆਂ ਤੇ ਜਾ ਕੇ ਡਾਂਸ ਕਰਦੀ ਫੜੀ ਨਹੀਂ ਜਾਂਦੀ ਉਹ ਕਿਵੇਂ ਜੀ ਲਾਸ਼ ਸਾਹਮਣੇ ਰੱਖ ਕੇ ਰੋਂਦੀ ਹੈ ਵੇ ਮੁਹੰਮਦ ਦੀਨਾ ਤੇਰੀ ਬੇਪਰਵਾਹੀ ਮਾਰ ਗਈ ਵੇ ਮੁਹੰਮਦ ਦੀਨਾ ਤੇਰੀ ਬੇਪਰਵਾਹੀ ਮਾਰ ਗਈ ਵੇ ਤੂੰ ਉਸ ਪਾਰ ਗਿਆ ਮੈਂ ਡੁੱਬ ਵਿੱਚ ਘਾਰ ਗਈ ਲਵੀ ਤੀਤੀ ਤਾਰੀ ਰੀ ਦੀਦੀ ਖੂਲ ਬੋਦਰਾ ਲੋ ਬਣਾ ਰੱਬੋ ਮੇਰੇ ਤੇ ਪਸਲਾ ਕਿ ਡੁੱਬ ਕੇ ਮੈਨੂੰ ਸੁਪਨੇ ਮੇਰੀ ਗੋਲ ਦੇ ਸਰਖਾ ਦਿੱਤਾ ਨੇ ਮਿਹਰਬਾਨ ਕਦਰਦਾਨ ਭਾਈਜਾਨ ਮਿਹਰਬਾਨ ਭਾਈਜਾਨ ਕਦਰਦਾਨ ਸਰ ਚਕਰਾਦਾ ਹੈ ਪਾਉਂ ਕੀ ਚਲੀਏ ਜਲਦੀ ਹੈ ਕਮਰ ਮੇ ਦਰਦ ਹੈ ਤੇ ਪੈੜੇ ਕੰਮ ਛੱਡ ਦਿਓ ਬਹੁਤ ਅੱਛੇ ਹੋਏ ਹਾਜੀ ਯਕੂਬ ਦਾ ਮੁੰਡਾ ਹੀ ਲੱਗਾ ਹੈ ਯਾਰ ਅੱਛਾ ਵੈਰੀ ਗੁੱਡ ਬੇੜਾ ਕੀ ਹੈ ਕੀ ਹੋਇਆ ਕੀ ਕਹਿਣਾ ਪਿਆ ਉੱਚੀ ਬੋਲ ਉੱਚੀ ਵਜਾ ਪਿੱਛੇ ਤੇਰੇ ਪਹਿਨੋਈ ਵੀ ਬੈਠੇ ਨੇ ਆਵਾਜ਼ ਜਾਵੇ ਉੱਥੇ ਤੱਕ ਵੀ ਕੋਈ ਨਹੀਂ ਪੁੱਛ ਲੈ ਭਾਜੀ ਆਵਾਜ਼ ਨਹੀਂ ਆ ਰਹੀ ਪਿੱਛੇ ਤੇ 500 ਵੱਧ ਪਾ ਕੇ ਅੱਗੇ ਮਰਨਾ ਸੀ ਉਹ ਉਸ 500 ਦੇ ਵਿੱਚ ਜੇ ਤੂੰ 2000 ਪਾਲਵੇਂ ਦੇ ਦੇ ਲੋ ਵੀ ਹੋ ਗਿਆ ਸਕਣਾ ਚੱਲ ਉਸ 2000 ਚ 1000 ਹੋਰ ਪਾ ਉੱਥੇ ਹੀ ਬੈਠ ਉੱਥੇ ਹੀ ਪਚਾਏ ਗਈ ਹਾਂ ਮੈਂ ਪਤਾ ਕਰਨਾ ਸੀ ਜ਼ਿਹਨੀ ਤੌਰ ਤੇ ਕੰਜਰ ਏ ਤੇ ਹੋਰ ਸਾਲਿਓ ਤੁਹਾਡੇ ਨਾਲ ਟੀਪੂ ਸੁਲਤਾਨ ਕੰਮ ਕਰਦਾ ਓਏ ਆਪਸ ਚ ਲੜੀ ਜਾਂਦੇ ਹੋ ਗਾਹਕ ਵੀ ਟੋਰੋ ਤੇਰੇ ਸਦਕੇ ਆ ਗਾਹਕਾ ਕੱਲ ਆਪਣੀ ਬੁੱਢੀ ਨੂੰ ਹੀਰਾ ਮੰਡੀ ਲੈ ਕੇ ਫਿਰਦੇ ਮੈਂ ਕਿੱਧਰ ਕਹਿੰਦਾ ਵੇਚਣੀ ਤੇ ਨਹੀਂ ਮੈਂ ਮੋਲੀ ਲਵਾਉਣਾ ਸੀ ਆਪ ਹੀ ਰਮਣੀ ਫਿਰਨ ਡਿਆ ਮੈਨੂੰ ਕਹਿੰਦਾ ਉਹ ਤੂੰ ਅਜੇ ਲੈ ਕੇ ਫਿਰਨ ਡਿਆ ਮੇਰੀ 2800 ਚ ਨਿਕਲ ਵੀ ਗਈ ਉਹ ਭਾਈ ਨੇ ਸਾਨੂੰ ਪਛਾਣਦੇ ਹੀ ਨਹੀਂ 2800 ਵਾਲੇ ਐਵੇਂ 2800 ਦਾ ਆਏ ਕੀਤਾ ਹੀ ਉਹ ਉਹੀ ਬੱਚੀ ਜਿਹੜੀ ਤੁਹਾਡੇ ਨਾਲ ਵਿਆਹ ਕੇ ਲਿਆਂਦੀ ਸੀ ਉਹਨੂੰ ਇਸ ਕੰਮ ਦੇ ਨਾਲ ਸਾਰੇ ਦੌੜ ਗਏ ਉੱਥੇ ਇੱਕ ਬਾਈ ਦੀ ਜੁੱਤੀ ਚੁੱਕ ਕੇ ਘਰ ਲੈਣ ਦੀ ਘਰ ਲਿਆ ਕੇ ਕਹਿੰਦਾ ਅੰਮੀ ਵੇ ਮੈਂ ਤੇਰੀ ਨਵੀਂ ਜੁੱਤੀ ਲੈ ਕੇ ਆਇਆ ਉਹ ਕਹਿੰਦੀ ਚੰਗਾ ਕੀਤਾ ਹੀ ਲੈਣ ਦੀ ਮੈਂ ਤਾਂ ਰਾਤੀ ਉੱਥੇ ਹੀ ਭੁੱਲ ਆਈ ਸਾ ਗੱਲ ਬਣਾਈ ਉਹ ਤਾਂ ਫਕੀਰ ਨੀ ਨੰਗੇ ਪੈਰੀ ਫਿਰਦੀ ਹੈ ਨੰਗੇ ਪੈਰੀ ਇਹਨੂੰ ਕੀ ਕਰਨਾ ਕੱਲ ਇਹਨੂੰ ਮੈਂ ਕਿਹਾ ਤੇਰੀ ਅੰਮੀ ਦੀ ਮੰਜੀ ਥੱਲੇ ਹੀਰਾ ਤੇ ਖੁਸ਼ੀ ਨਾਲ ਨਸਿਆ ਘਰ ਆਇਆ ਤੇ ਅੱਗੇ ਹੀਰਾ ਸਬਜ਼ੀ ਵਾਲਾ ਸੀ ਉਹ ਮੇਰਾ ਮਾਮੂ ਹੈ ਮੇਰਾ ਮਾਮੂ ਹੈ ਬੇਟੇ ਤੈਨੂੰ ਮਾਮੂ ਦੱਸਿਆ ਹੈ ਨਾ ਤੂੰ ਬਾਅਦ ਚ ਰੋਲਾ ਜਾ ਪਾ ਦੇਣਾ ਨਲਾਇਕ ਹੈ ਜਾਹਲ ਆਦਮੀ ਜਾਹਲ ਆਦਮੀ ਮੈਂ ਜੀ ਅੱਲਾ ਨੇ ਉਹਨੂੰ ਧੀ ਦਿੱਤੀ ਬਗੈਰਤ ਨਾਈ ਲਾਇਆ ਚੁੱਪ ਕਰ ਉੱਤੇ ਲਿਖਿਆ ਡਿਲੀਵਰੀ ਫ੍ਰੀ ਮੇਰੀ ਬੇਵਕੂਫੀ ਮੈਂ ਉੱਥੇ ਲੈ ਗਿਆ ਮੈਕਡੋਨਲਡ ਤੇ ਅੱਲਾ ਨੇ ਜੁੜਵੇ ਪੁੱਤਰ ਦਿੱਤੇ ਆਪਣੀ ਬੁੱਢੀ ਨੂੰ ਕੁੱਟਣਾ ਪਿਆ ਦੱਸ ਇੱਕ ਤੇ ਮੇਰਾ ਦੂਜਾ ਕਿਹਦਾ ਦੱਸ ਆਪਣੀ ਬੁੱਢੀ ਨੂੰ ਕੁੱਟਣ ਲੱਗ ਪਿਆ ਕਹਿੰਦਾ ਤੈਨੂੰ ਮੈਂ ਕਿਹਾ ਸੀ ਪੁੱਤਰ ਹੋਣਾ ਚਾਹੀਦਾ ਉਹ ਕਹਿੰਦੀ ਚਵਲਾ ਜੇ ਮੈਂ ਤੇਰੇ ਤੇ ਰਹਿੰਦੀ ਤੇ ਇਹ ਵੀ ਨਹੀਂ ਸੀ ਹੋਣੀ ਪੀਰਾਂ ਕੋ ਦੁਆ ਕਰਾਈ ਮਲੰਗਾ ਕੋਲੋ ਆਪਾ ਦੇ ਦੁਆਵਾਂ ਅਹਿਮਕ ਆਦਮੀ ਅੱਲਾ ਮਾਫ ਕਰੇ ਕਿਉਂ ਇਹ ਪਿੱਛੋਂ ਦਾ ਐਕਸਰੇ ਕਰਾ ਕੇ ਨਾ ਲੋਕਾਂ ਨੂੰ ਕਹਿੰਦਾ ਮੇਰੇ ਦਿਲ ਚ ਸੁਰਾਖ ਏ ਤੈਨੂੰ ਯਾਦ ਕੋਈ ਨੀ ਆਉਂਦੀ ਲਾ ਲਾ ਤੇਰੀ ਜ਼ਿੰਦਗੀ ਤੇ ਕੋਈ ਹੋਰ ਭਾਂਡਾ ਪਾ ਲਾ ਵੀ ਤੂੰ ਉਹ ਸਾਲਿਆ ਕੋ ਕਰਨ ਵਾਲੀ ਗੱਲ ਕਰ ਕਰਨ ਵਾਲੀ ਗੱਲ ਕਿਹੜਾ ਦਿਲ ਦੇ ਆਲੇ ਦੁਆਲੇ ਪਹਾੜ ਬਣੇ ਨੇ
पागल होया पिया ऐ देखो तो ऑपरेशन करा के दिल भार ही बह गया। अच्छा एदी सुनी गल की इनू मैं कुछ नहीं एदी भैन दा विआह इन्हें बंब चलाया बंब चले निकलन लै जिहो जी भैन गंदी उहो जिहा असला गंदा ले आप आप इहदे घर चार यार आ गए अपनी भैन नूं कहिंदा चार कप चाह दे बना मेरे यार आए नूं उह कहिंदी मैं नहीं बनाउणी कहिंदा बना दे जदों तेरे आउणगे मैं बना देंगा। तुसीं कौन भाई चाह पीण वाले बगैरता जदों तेरी मेरी हुण लैत जोगी मेरे पिछे की लैणा ने अगों नूं कहिंदा नहीं अल्लाह ने तैनूं सत पुत्तर दित्ते ने अज मैं बौली पी के जाणा है तू की किसे नूं बौली पियानी है लंगरां दी लाइन च लग गए ते तू लंगर खाण लंगरां दी लाइन च लंगर वाली लाइन च लग के ना ते लंगर वाले नूं कहिंदा भाई लंगर पा दे हां उहने ते सुणिया नहीं पिछले ने सुन लिया तीन छापर भरे सन वह फड़ाया भाई तू तो लैके निकली आ ना दस मैं पता है पिछला यो कहना सी मिलाका पछाण ही लेना यार पछाण ही लेना ए कल्ला बेवकूफ नहीं है पांच भरा ने पंजो दे पंजो ही बेवकूफ ने। अच्छा ए पंजा भरावा ने रल के ना टैक्सी पा ली सारा दिन टैक्सी चलाई एक सवारी नहीं बैठी क्यों बहंदी किथे पांच भरा सन दो अगे बैठे रे तीन पिछे मैं पढ़िया इको क्लास च चार साल लाए ने मैं अगे नहीं गया कहिंदा मास्टर नलायक सी अगे करना ही नहीं सी आउंदा लेकिन बेवकूफी की इंतहा की होया डॉक्टर कदीर साहब दसो भरपूर बारिश पै रही है भरपूर बारिश। अच्छा आप छतरी लैके बूटिया नूं पानी देण दे है तेन अल्लाह की रहमत से कोई यकीन नहीं है। अस्तगफार यह गल नहीं करी दी कुछ नाजक पौधे होंगे जिन दस रहे हैं इन दस रहे थे आप लै गए इन्हें नवी गड्डी लई ते अपने सगे प्यो की बांह वढ़ती मैं यह की किया कहना बस गड्डी एक हाथ ठीक रही आप इन्हें की किया सुते पे प्यो तो धौन ही लाती मैं कहो यह की कहना चुप कर जा सवेरे उठ के लभेगा अपनी भैन देन गया अमाउंट ना बना ली कमर्शल यार तुम गलत गल कर पागल दस भी पंजी बच्चिया कह दी बस वह बंदा तेन पुछे तू कुड़ी है चाइना की कुकड़ी है तेनू नहीं मरन देंगा मेरी जान तू जिंदा रहेगी जिंदा रहेगी मैं तेन नहीं मरन देंगा मैं मर जाना नहीं नहीं मरन देंगा डायरेक्टर दी रखा नहीं मरन देंगा तेन घबराना नहीं तू इत अपनी बीवी ने इजारे मोहब्बत करन दिया सा अगो कहिंदा हाथ सुट राती मैं तार ही नहीं सी हैं ओए मिलाक वाली गल कर रहा मैं तेनू नहीं मरन देगा घबराना नहीं तू है ये तो मुझे पता ही नहीं था भाईजान
शर्म तो नहीं आती तुम बगैर तो औरतों की कमाई खाते हो तेरिया जदे च सफा बन दी कुड़ी नु वेख के सानू वखरा ही कर दिता ਹੋਰ ਤੇ ਹੋਰ ਇਹਨਾਂ ਦੀ ਹਾਜ਼ਰ ਮੈਂ ਨਹੀਂ ਕੀ ਨਹੀਂ ਕੀਤਾ ਜੁੰਦੀਆਂ ਤੇ ਪੈੜਾ ਵਿੱਚ ਧੁੱਪੇ ਸੜ ਸੜ ਕੇ ਇਹਨਾਂ ਲਈ ਕੰਮ ਕੀਤਾ ਸ਼ਰਮ ਕਰੋ ਤੁਹਾਡੀ ਖਾਤਰ ਵਿਚਾਰੀ ਰੇੜੀਆਂ ਦੇ ਕੇਲੇ ਵੇਚਦੀ ਨਹੀਂ ਬਗੈਰ ਤੋਂ ਦੱਸਾਂ ਜੀ ਕੋਈ ਇਹਨੂੰ ਵੇਚਣਾ ਅਸਾਂ ਦਿੱਤੇ ਸਨ ਕੇਲਿਆਂ ਤੋਂ ਯਾਦ ਆਇਆ ਇਹ ਬੰਦਾ ਜਿਹੜਾ ਇਹ ਜਿਹੜਾ ਕਿਹੜਾ ਇਹ ਇਲੈਕਸ਼ਨ ਤੇ ਖਲੋਤਾ ਇਹਦਾ ਇੰਤਖਾਬੀ ਨਿਸ਼ਾਨ ਸੀ ਕੇਲਾ ਅੱਛਾ ਉਹ ਸਾਹਮਣੇ ਵਾਲੀ ਪਾਰਟੀ ਨੇ ਕਿਹਾ ਉਹ ਹਾਰ ਜਾਏਗਾ ਤੇ ਘਬਰਾ ਕੇ ਆਪਣੇ ਨਿਸ਼ਾਨ ਤੇ ਬਹਿ ਗਿਆ ਕੇਲਾ ਵੀ ਫੇਲ ਗਿਆ ਕੱਪੜੇ ਵੀ ਖਰਾਬ ਕਰ ਲਿਆ ਉਹ ਪਰਲਾ ਖਲੋਤਾ ਦਾ ਇੰਤਖਾਬੀ ਨਿਸ਼ਾਨ ਸੀ ਮੂਲ ਹੀ ਅੱਛਾ ਲੋਕਾਂ ਨੇ ਵੋਟ ਨਹੀਂ ਪਾਏ ਜਿਹੜਾ ਆਵੇ ਲੂਣ ਲਾ ਕੇ ਬਾਹਰ ਨਿਕਲ ਜਾ ਲਾ 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 ਇਹ ਮੂਲੀਆਂ ਕੇਲੇ ਤੈਨੂੰ ਯਾਦ ਨੇ ਬਸ਼ੀਰ ਦਾ ਗੰਨਾ ਨਹੀਂ ਯਾਦ ਪੈਟਰੋਲ ਦਾ ਕਮਰਸ਼ੀਅਲ ਲੱਗੇ ਬਣਾ ਇੱਕ ਲੀਟਰ ਮੈਂ ਅਸਮਾਨੋਂ ਕਾ ਸਫ਼ਰ ਮੋਟੀ ਮੋਟੀ ਆਂਖ ਰੇਸ਼ਮੀ ਬਾਲ ਮੁਨਾਸਬ ਰੁਖਸਾਰ ਛੋਟੇ ਛੋਟੇ ਪੀਨੇ ਕਮਰ 18 ਯਾਰ ਉਹਦੇ 12 ਲੱਖ ਨਾਲ अठारह मुनासिब कद रेशमी बाल मोटी मोटी आंख थोड़ी पर तिल का निशान चार दिन से लापता है आपको पता की कर रहे हो की कर रहे हो सारा नक्शा तुसी बशीर गन्ने वाले दी बच्ची दा दसदा है जी प्लीज बैठो 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 आ जाओ भाई बैठो जो तो तुसी देखोगे ना साडी मॉडल तुसी देख के आप कह दोगे कि यार क्या बात है वेल डन आप चेक कर तेरा थर्मामीटर सड़िया हो गया कूल माइंड कैसे नहीं करते आप कभी बर्ड जूनियर पे गई मैं क्या हूँ जी मैं क्या हूँ यार तू कद नहीं किया कोच वहां करो के खैर करे 50,000 रुपये जे ए तुहाडी मिठाई है मिठाई किस चीज की तेरी वालदा दे घर पुत्र होया ओए होए मेनू पता ही नहीं मैं प्यो बन गया यार पागल हुई पागल की कर लगी तू खुदकुशी करनी उन्होंने 6 महीने खुशी करनी अपने रिक्शे में जाना ए मॉडल सिलेक्ट है
ਤੁਸੀਂ ਹੁਣ ਜਿਹੜੀ ਪਬਲਿਸਿਟੀ ਬਣਾਣੀ ਹੈ ਨਾ ਉਹ ਸਾਨੂੰ ਇੱਕ ਵਾਰੀ ਦੱਸ ਦਿਓ ਕਿ ਤੁਸੀਂ ਕਰਨਾ ਕੀ ਚਾਹ ਰਹੇ। ਅੱਛਾ ਤਾਂ ਨਮੂਨਾ ਵਿਖਾ ਦੇ, ਨਮੂਨਾ ਵਿਖਾ ਦਿਓ ਪਲੀਜ਼। ਤੁਸੀਂ ਤੁਸੀਂ ਰੱਖੋ, ਤੁਹਾਨੂੰ ਹੁਣੇ ਵਿਖਾ ਦਿੰਦੇ ਅਸੀਂ। ਜੀ ਜੀ ਠੀਕ ਅੱਛਾ ਮਿਸ ਮਾਮ ਜੀ, ਹਮਨੇ ਇਨਵਾਈਟ ਨਮੂਨਾ ਬਣਾ ਕੇ ਦਿਖਾਣਾ ਕਿ ਹਮਨੇ ਆਪਣੀ ਪਬਲਿਸਿਟੀ ਕੌਣ ਸੀ ਬਣਾਣੀ ਹੈ। ਓਕੇ, ਆਪਨੇ ਇਹ ਫਰਜ਼ ਕਰਨਾ ਕਿ ਇਹ ਇੱਕ ਮਾਰਕੀਟ ਹੈ ਯਾ ਪਰ ਮੁxtਲਿਫ ਰੇੜੀਆਂ ਲੱਗੀ ਹੋਈਆਂ। ਅੱਛਾ ਠੀਕ ਹੈ, ਇਸकी ਫਲ ਕੀ ਦੁਕਾਨ ਹੈ, ਉਸकी ਸਬਜ਼ੀ ਕੀ ਦੁਕਾਨ ਹੈ, ਉਹ ਘੀ ਵਾਲਾ ਹੈ। ਆਪਨੇ ਯਹਾਂ ਕੇ ਕਹਿਣਾ ਹੈ ਮੁਝੇ ਕੁਝ ਐਸਾ ਚਾਹੀਏ ਜਿਸ ਮੇ ਸਿਹਤ ਔਰ ਮਜ਼ਾ ਦੋਨੋਂ ਹੋ। ਉੱਠ ਰਾਤ ਹੋ ਜਾ, ਮੈਨੂੰ ਤੇ ਇਹ ਡਰ ਹੈ ਸੌਦਾ ਬੜਾ ਵਿਕਣੇ। ਆ ਜਾਈਏ, ਸਿਹਤ ਔਰ ਮਜ਼ਾ ਦੋਨੋਂ ਹੋ। ਕਹੇਗਾ ਅੰਗੂਰ ਬਹੁਤ ਮਜ਼ੇਦਾਰ, ਗ੍ਰੇਪਫਰੂਟ ਸਿਹਤ ਹੀ ਸਿਹਤ। ਕਹਿੰਦੇ ਨਹੀਂ, ਮੁਝੇ ਤਾਂ ਦੋਨੋਂ ਇੱਕ ਸਾਥ ਚਾਹੀਏ। ਓਕੇ, ਮੈਨੇ ਕਿਹਾ ਭਾਈ ਜਾਨ ਭਾਈ ਜਾਨ, ਉੱਠਦੇ ਆ ਉਹਦੀ ਦੁਕਾਨ ਤੇ ਬੰਦ ਹੋ ਗਈ। ਅਬਸ਼ੀਰ ਹੁਣ ਤੇ ਗੰਨਾ ਢਿੱਲਾ ਪਿਆ ਹੋਣਾ। ਲੈ ਲਓ ਤੇ ਭੇਜ ਬਸ਼ੀਰ ਤੇ ਮੈਂ ਹੂੰ ਨਾ ਕਿਸਾਨ ਪਾਣਾ ਬੱਖੀਏ ਦੇ। ਆ ਜੇ ਆ ਜੇ ਬੈਠੇ, ਤੀਰ ਰੱਖੇ ਯਾਰ, ਇਹ ਮਾਰਕੀਟ ਚ ਫਿਰਨ ਦੀ ਤਮੀਜ਼ ਨਹੀਂ ਹੈਗੀ। ਉਹ ਛੋਟਾ ਪਾਣਾ ਕਦੋਂ ਤੁਹਾਡੀ ਬੱਚੀ ਚ ਫਿਰਦੀ ਨਹੀਂ ਭੈਣ। ਓਕੇ, ਭਾਈ ਨਹੀਂ ਕਹਿਣਾ, ਭਾਈ ਨਹੀਂ ਕਹਿਣਾ, ਆਖੋ ਮੈਂ ਭਾਈ ਰੱਖਣਾ ਬਸ। ਓਕੇ, ਦੇਖੀ ਆਪਕੇ ਪਾਸ ਕੋਈ ਐਸਾ ਫਲ ਹੈ ਜਿਸ ਮੇ ਸਿਹਤ ਵੀ ਹੋ ਮਜ਼ਾ ਵੀ। ਸਿਹਤ ਦਾ ਤਾਂ ਪਤਾ ਨਹੀਂ, ਮਜ਼ਾ ਜ਼ਰੂਰ ਹੈ ਜੀ। ਹਾਂਜੀ, ਬਸ਼ੀਰ ਦਾ ਗੰਨਾ। ਭਾਈ ਜਾਨ ਸਰਦੀ ਆ ਗਈ, ਆਪ ਹੀ ਚੁੱਪੋ ਯਾਰ, ਜੋ ਕਾਨ ਲਈ ਅੱਛਾ ਹੁੰਦਾ। ਆ ਜੀ ਆ ਜੀ ਆ ਜੀ ਆ ਜੀ, ਲੋ ਜੀ ਆ ਗਈ ਜੀ ਕੁੜੀ ਆ ਗਈ। ਹੈ ਕੁੜੀ ਆ ਗਈ ਜੀ। ਯਾਰ ਅੱਜ ਲੇਟ ਨਹੀਂ ਲਿਆ ਅਸਲ ਚ ਪਾਣ, ਮੇਰਾ ਮਤਲਬ ਪਾਣ ਪਬਲਿਸਿਟੀ ਆ ਸਮੇ ਗੱਲ ਕਰਦੇ ਲੋ ਮੇਰੇ ਮੂੰਹ ਵਾਲਿਆ। ਇਹ ਬੜਾ ਚੰਗਾ ਜੀ, ਇਹ 5 ਮਿੰਟ ਪਹਿਲੇ ਲੈ ਆਂਦਾ ਜਲਦੀ ਹੈ ਨਾ। ਆ ਜੀ ਆ ਜੀ ਆ ਜੀ, ਇਨਕੀ ਸਬਜ਼ੀ ਦੀ ਦੁਕਾਨ ਹੈ, ਆਪਕੇ ਪਾਸ ਕੋਈ ਐਸੀ ਸਬਜ਼ੀ ਹੈ ਜਿਸ ਮੇ ਸਿਹਤ ਮਜ਼ਾ ਦੋਨੋਂ ਹੋ। ਓਕੇ, ਆਪਕੇ ਪਾਸ ਕੋਈ ਐਸੀ ਸਬਜ਼ੀ ਹੈ ਜਿਸ ਮੇ ਸਿਹਤ ਵੀ ਹੋ। ਉਹ ਬੀਬੀ ਉਹ ਬੀਬੀ ਉਹ ਉਹਦਾ ਆਪਕਾ ਸਬਜ਼ੀ ਲੈਣਾ ਹੈ, ਉਹਦੀ ਜਾਨ ਲੈਣਾ ਹੈ। ਅੱਛਾ, ਉਹ ਕੋਈ ਐਡੇ ਅੱਛੇ ਖਾਨਦਾਨ ਦਾ ਬੱਚਾ ਨਹੀਂ, ਉਹਦੇ ਫੁੜਕ ਕੇ ਮਰ ਜਾਏਗਾ। ਓਕੇ ਥੋੜਾ, ਉਹਦੇ ਜਾਨ ਵੀ ਦੇ ਦੇਗਾ, ਸਬਜ਼ੀ ਵੀ ਦੇ ਦੇਗਾ। ਓਕੇ ਥੋੜਾ ਥੋੜਾ ਨਾ ਧਿਆਨ ਨਾ, ਬਸ ਬਸ ਡੁੱਬਣ ਦੇ। ਹਾਂ ਦੇਖੀ, ਆਪਕੇ ਪਾਸ ਕੋਈ ਐਸੀ ਸਬਜ਼ੀ ਹੈ ਜਿਸ ਮੇ ਸਿਹਤ ਵੀ ਹੋ। ਬਸ 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 ਬਸ, ਠੰਡਾ ਪਾਣੀ ਪਾ ਦੋ। ਨਾ ਆਪਕੇ ਪਾਸ ਕੋਈ ਐਸੀ ਸਬਜ਼ੀ ਹੈ ਜਿਸ ਮੇ ਸਿਹਤ ਵੀ ਹੋ। ਸਿਹਤ ਵੀ ਹੈ, ਮਜ਼ਾ ਵੀ ਹੈ, ਜਗ੍ਹਾ ਨਹੀਂ ਸੀ ਹੈਗੀ। ਮੇਰੇ ਕੋਲ ਇੰਨੀ ਜਗ੍ਹਾ ਨਹੀਂ ਜਿਹੜੀ ਮੈਂ ਉੱਤੇ ਵੇਚ ਕੇ ਤੇ ਆਪਣੇ ਲਾ ਸਕਾਂ ਜੀ। ਜ਼ਰਾ ਹੱਥ ਹੋਲਾ ਰੱਖ ਕੇ ਦੁਕਾਨਦਾਰੀ ਚਲਾਓ ਸਾਡੀ, ਤੁਹਾਡੀ ਮਿਹਰਬਾਨੀ। ਨਹੀਂ ਮੈਨੂੰ ਪਤਾ ਹੈ ਨਾ ਆਪਕੇ ਪਾਸ ਕੀ ਐਸੀ ਸਬਜ਼ੀ ਹੈ ਜਿਸ ਮੇ ਸਿਹਤ ਵੀ ਹੋ। ਜਿਹੜਾ ਦੁਕਾਨ ਨਹੀਂ ਅਗਲਾ ਤੇ ਗਿਆ ਨਾ ਫਿਰ। ਦੇਖੋ ਜੀ, ਮੇਰੇ ਕੋਲ ਜਿਹੜੀ ਸਬਜ਼ੀ ਹੈ ਨਾ ਜੀ, ਉਹਦੇ 'ਚ ਮਜ਼ਾ ਜ਼ਰੂਰ ਹੈ ਪਰ ਇੰਨਾ ਨਹੀਂ ਕਿ ਮੇਰੇ ਕੋਲ ਜਿਹੜੀ ਸਬਜ਼ੀ ਨਾ ਉਹਦੇ ਸਿਰਫ ਇੰਨਾ ਕੀ ਮਜ਼ਾ ਹੈ ਕਿ ਉਹ ਚਾਰ ਪੰਜ ਦੁਕਾਨਦਾਰ ਨਾਲ ਲੜਾਉਣੇ ਪੈਣੇ ਨੇ, ਫਿਰ ਕਿਤੇ ਜਾ ਕੇ ਸਬਜ਼ੀ ਇਕੱਠੀ ਹੋਣੀ ਇਹਨੇ। ਅੱਛਾ, ਤੁਹਾਡੇ ਕੋਲ ਸਿਰਫ ਇੰਨਾ ਹੀ ਮਜ਼ਾ? ਹਾਂ ਹਾਂ, ਤੇ ਸਿੱਧੀ ਤਰ੍ਹਾਂ ਦੱਸ, ਸਿਰਫ ਧਨੀਆ ਵੇਚਣਾ ਤੂੰ ਯਾਰ? ਧਨੀਆ ਵੇਚ, ਦੇਖੇ ਮੇਰੀ ਬਾਤ ਸੁਣ, ਅਬ ਜੋ ਆਪਕੇ ਜਾ ਕੇ ਕਹਿਣਾ ਨਾ ਉਸਕੋ ਥੋੜਾ ਕੰਟਰੋਲ। ਸ਼ਾਹਿਦ ਜੀ ਭਾਈ ਨੂੰ ਭੇਜ ਦੇ, ਮੈਂ ਵੀ ਦੁਕਾਨ ਬੰਦ ਕਰਨੀ ਹੈ। ਆ ਜਾਂਦੇ ਇਧਰ ਆ ਜੇ। ਓਕੇ, ਦੇਖੇ ਇਹ ਬਹਿ ਕੇ ਕਰ ਲੋ ਭਾਜਾ, ਤੁਹਾਡੀ ਰੇੜੀ ਚ ਪਾਤੀ। ਚਲੋ ਉਧਰ ਤੇ ਵੇਖੋ, ਉਹ ਚੌਧਰੀ ਮਸ਼ੀਨਾਂ 'ਚ ਬੈਠਾ ਜਿਵੇਂ ਭੈਣ ਦੀ ਤਲਾਕ ਦਾ ਫੈਸਲੇ ਤੇ ਹੈ। ਈਜ਼ੀ ਹੋ ਤੂੰ, ਆਪ ਉੱਥੇ ਬੈਠਾ ਤੂੰ ਕੀ ਕਰਨ ਡਿਆ? ਕੀ ਕਰਨ ਡਿਆ? ਹਾਂ ਤੂੰ ਕਰ ਸਕਦਾ, ਤੂੰ ਚੁੱਪ ਆ ਬਸ਼ੀਰ ਦਾ ਗੰਨਾ। ਓਏ ਦੱਸੋ, ਉਹ ਚੂਪਣੇ ਗੰਨੇ ਤੇ ਪਾਣੇ ਖੁਸੇ? ਮੈਂ ਜੋ ਕਹੂੰਗਾ ਸੱਚ ਕਹੂੰਗਾ ਯੋਰ ਆਨਰ। ਸੱਚ ਕਹੇਗਾ ਯਾਰ, ਦੱਸ ਸਹੀ ਦੱਸ। ਉਹੀ ਕਹਿਣਾ ਹੈ ਬੇੜੇ ਗਰਕ ਕਰਨ ਵਾਲਾ ਲਫ਼ਜ਼। ਆਪਕੇ ਪਾਸ ਕੋਈ ਐਸਾ ਕੀ ਹੈ? ਓਕੇ, ਆਪਕੇ ਪਾਸ ਕੋਈ ਐਸਾ ਕੀ ਹੈ ਜੋ ਆਪ ਕੁਝ ਵੀ ਇਸਤੇਮਾਲ ਕਰਦੇ ਹੋ? ਯਾਰ ਮੇਰੀ ਦੁਕਾਨਦਾਰ ਚ ਲੱਤ ਨਾ ਲਾਓ। ਆਪਕੇ ਪਾਸ ਕੋਈ ਐਸਾ ਕੀ ਹੈ ਜਿਸ ਮੇਂ ਸਿਹਤ ਵੀ ਹੋ? ਮੈਂ ਕਹਿੰਦਾ ਕਿ ਉਹ ਨੂੰ ਪਰੇ ਕਰ, ਸਿਹਤ ਵੀ ਤੇ ਮਜ਼ੇ ਵੀ। ਓਏ ਓਏ ਇਸ ਗੱਲ ਤੇ ਅਸੀਂ ਪੈਸੇ ਫੜਾਏ ਨੇ। ਬਸ ਜੀ ਇਹ ਕੁੜੀ ਫਾਈਨਲ ਹੈ ਜੀ। ਲੋ ਜੀ, ਕੁੜੀ ਮੇਰੇ ਪਾਰਟਨਰ ਨੂੰ ਸਿਲੈਕਟ ਕਰ ਲਈ ਉਹਨਾਂ ਨੇ। ਹਾਂ ਠੀਕ ਹੈ, ਤੁਸੀਂ ਪਬਲਿਸਿਟੀ ਬਣਾ ਕੇ ਸਾਨੂੰ ਆਫਿਸ ਭਿਜਵਾ ਦਿਓ। ਓ ਜੀ ਓਕੇ ਬਾਏ। ਓ ਵੈਰੀ ਨਾਈਸ ਯਾਰ, ਜੀ ਵੈਰੀ ਗੁੱਡ ਯਾਰ।
बड़ी खूबसूरत तस्वीर है किदी ये जी कागज दी है जी किदी है सर अच्छा जी ताड़ी तस्वीर है हां जी यार बड़ा अच्छा एक्सप्रेशन है छड आज कोई गाहक नहीं आया ओए यार तस्वीर पुठी कर दे यार ओ क्यों किसी ने भी तो कारी देनी कुछ फैन होंगे फोन नहीं पहले सिलेंसर क्यों नहीं कढ़ाती तू तू मेरा वाकिफ नहीं मैं जुडो कराटे भी जानना मैं तेन किक मारांगा तू करना बदतमीजी क्यों तंग करना कुड़ी गैबाना बगैर था मैं चनोड़ का फर्नीचर पुआना चाहना तू मेरे भाई ने गल कर मेरे बड़े भाई ने तेन दस दिन होने भाई करो तेरा गल बेटे रोया ना कर की होया नहीं भाई से आती बस मेरा पुत्र की हो गया साडे बुजुर्ग मेरे हाथा ना पापा तो की हो गया हेलो टेलीफोन वाला सच्चा रे हेलो हेलो किथे कैमरे लवाए कुत्ते दे आ पुत्रा डरना नहीं बेवकूफ जिहा कोई बंदा एवं खामगा तेन तंग कर रहा बस तू कल के मुकाबले की तैयारी कर कल इतने और मिस वर्ल्ड के मुकाबले पूरी दुनिया की कुड़ियां आ रही ने और मेरी जान मेरा यकीन है इस साल तू मिस वर्ल्ड बनेगी मुझे नहीं बनना मिस वर्ल्ड मुझे मशरूम की लड़की रहना और तुम्हारी बीवी बनना है देखो जरा मुझे नहीं बनना मिस वर्ल्ड मुझे तुम्हारी बीवी बनना मंजिल करीब आई है शादी का भूत सवार हो गया और तेरी अकल ठीक है पागल तो नहीं होगी दीवानी हो गई है शादी करनी है और पागल है कोई बंदा तेन शकरगढ़ का टक्कर गया तेन लग पता जाना ही कल यहाँ पर मुकाबले हो रहे हैं और तुम तैयारी करोगे ओके मेहनत करना है बस मेहनत करना है तू नहीं चाहती तेरे पैसे मिल चाहती हूँ कि पैसे मिल ठीक है दुआ कर अल्लाह इन्हें नु दवे इन्होंने कठे करके तो भी देने ने मेहनत करो मेहनत क्या मेहनत हो पता नहीं अब अगर आगे किथे चला गया तां ताडे से लेके आ प्रोग्राम ए दी खुशियां दा ए दे वास्ते सब तो पहला लत्ता कठियां कर लो जिन्होंने चौड़ियां करके रखी हैं ने अपनी ऐनक साफ कर लो टिंडा जरा चमका लो क्योंकि असे लैके कुड़ियां हले बुरी गल है लेकिन असं तुम गंदी आदत पाती है इस हमारे कुड़ियों का प्रोग्राम है तेरे को फैसला लिता जाएगा मिस वर्ल्ड किन बना है तो असं कुड़ियों की शुरुआत करनी है सब तो पहले कि कुड़ी आ रही है कि कुड़ी मर गई सत श्री अकाल सत श्री अकाल प्रीतो धनवा दी है पूरी दुनिया तो कुड़िया बुलाईया ने अच्छा अच्छा कुड़िया दी मंडी लाई है ਉਹ 20 ਸਾਲ ਪਹਿਲਾਂ ਤੂੰ ਛੱਡ ਬੈਠਾ ਮੈਂ ਲੇਟੈਸਟ ਦੌਰ ਦੀ ਗੱਲ ਕਰਨ ਲਈ ਆ ਮੰਡੀ ਕੁੜੀਆਂ ਬੁਲਾ ਕੇ ਤੇ ਆਹੋ ਆਹੋ
टप च लम्मी पई है तेरे सारे पासे चागी चाग चागी चाग चाग तेरे छोटा जा मुंह निकलिया मैं घंटा बैठा रहा सा मैं कि शायद उठ के तौलिया पड़ो दूजे दिन फिर लगी मैं दो घंटे बैठा गया मैं कि शायद झग बह जाए मेरे ख्याल प्लास्टिक की झग होंगी है कल नाल गल कर ए कि हराम का माल है अपनी वाली ओए चल निकल ते काम शुरू ए तू दूध वाली जी भी आया ना दूध वाली जेड़ी पब्लिक जिटकी है जी जी तुसी आगे कहंदी है गाढ़ा जो है ए बाकी मज़े दा दूध होंदा है या आहो की चीज होंदी है मैं कह शायद भेड बकरियां दा होवे चलो निकलो इथों किथों निकलो चलो बाल बड़े प्यारे ने शैंपू कीता नहीं खेप पुआनी हर पासे किदे करलो मेरे कोले पुआओ ना असि भी खे पा रहे हैं शिकेरा शैंपू कर दियो पेंटीन अजय पेंटीन तुसी अपने वाले च की लांदे हो बारो आम लिया ये अंबा दा मौसम लंघ गया तेन भूल दे नहीं पाए अंब सारी दुनिया जी बिकते 12 महीने लिया मेरा मुंडा दे मेरा मुंडा काट अच्छा एडी सख्त ग्रिफ्त ना रख मेनू आ मुंडा दे मेनू ए तेरी आखरी सख्तियां ने एनू तन्नू अंदाजा नहीं हैगा बस आखरी बस मुन भी चीका दे ले अच्छा हुने मैं जी कटा सकना चीका और की करना गल घंटे या कटा ले चल छड़ मेरे नहीं मेरे हाथ यार मेरे हाथ दे हाथ दा हिसाब है थर्मोस वाला उतो ठंडे ते अंदर हां मेरा मुंडा दे वाला केड़ा मुंडा वे हाय हाय एडी छेती कंप्यूटर दा ओले क्लिक मेरा मुंडा दे मुंडा ए मुंडा एडी छेती नहीं नाले तेरी जिहो जी उम्र है तन्नू बड़ा टाइम लगना है उम्र ना वे कॉन्फिडेंस वे ए कॉन्फिडेंस ना नहीं हुंदा ताकत नाल हुंदा जेड़ी तेरी मुक गई देख गाल ने तू मौका दे ने जुतियां मारियां मुंडा दे चल चल केड़ा मुंडा शाहद शाहद दा तेरे नाल की ताल्लुक है ओदी मां नु पुछी ओदी मां नाल तेरा की ताल्लुक है मैं बकायदा ओदा खुंड चुके आ मैं खुंड चुके गया ते कई सोणे किते मैं कह मैं तुहाडा खावंद लगा होया अच्छा कहंदी जेड़ा पहले आया सी ओ कौन सी मैं कह अब्बा जी सन मैं ना हुने 15 ते फोन करके कहनी है तू एदे च बम लेके आया ते बम ते तू हैगी है किन्ने के तू बम नहीं अच्छा मेनू खिच्ची जांदा पता नहीं अज की खाया खाना खराब दा पुत्तर पता नहीं केड़ियां मेरे ते आ गया सो नहीं मच्छी खा के उबाले आंडे ना ओ किते शाद ओ अंदर ही कमरे च ओ लांदी नु वेख मैं ओनु किया मैं गया मेरी पेंट सही करा के मौज पहुंचे सही गया खाना का पहुंचे सही करा के हुन तू अपने ईमान ना दस एनु पा के मैं दफ्तर जावा ये स्विमिंग पूल जिथे मेमा थोड़े थोड़े कपड़े पा गए प्रोग्राम शुरू कर लगे लेकिन इस तो पहले मैं दस दिया जो भी फैसला करो इंसाफ के मुताबिक करना है अमरीका तो कैनेडा तो यूरोप तो कुड़ियां आई हैं तुर्की तो आई हैं ऑस्ट्रेलिया तो आई हैं पर पाकिस्तान तो कोई लड़की नहीं आई इतों कितों आनी है इतों तो सारिया दुबई जा आंडियां ने मिस तुर्की।
ਬੁਰਕੀ ਤੈਨੂੰ ਪਵੇ ਫੁੜਕੀ ਨਹੀਂ ਤੈਨੂੰ ਲੱਭੇ ਨਾ ਬੁਰਕੀ ਨਹੀਂ ਚੂਹਾ ਫੜਨ ਵਾਲੀ ਕੜਿੱਕੀ ਨਹੀਂ ਇੱਥੇ ਮਿਸ ਵਰਲਡ ਦੇ ਮੁਕਾਬਲੇ ਹੋਣ ਦੇ ਤੂੰ ਸਮਝਿਆ ਨੱਥਰ ਸਪੀਨ ਦੇ ਮੁਕਾਬਲੇ ਹੋਣ ਦੇ ਨਹੀਂ ਤੇਰਾ ਭੱਠਾ ਬੈਜ ਨਹੀਂ ਸ਼ਰਤ ਲਾ ਕੇ ਚਾਹ ਪੀਣ ਵਾਲੀਏ ਇਹ ਖਾਨਾ ਖਰਾਬ ਦੀਏ ਬੱਚੀਏ ਤੇ ਮਿਸ ਵਰਲਡ ਦੇ ਮੁਕਾਬਲੇ ਤੂੰ ਮਿਸ ਮਹੱਲਾ ਨਹੀਂ ਤੇਰੇ ਬੇੜੇ ਬਹਿ ਜਾਣ ਨਹੀਂ ਤੇਰੇ ਕਿਹੜੇ ਮੁਕਾਬਲੇ ਜਾ ਗਈ ਤੈਨੂੰ ਕਿਹਾ ਮਿਸ ਤੁਰਕੀ ਬੁਲਾ ਤੂੰ ਤੁਰਕੀ ਦੁੰਬਾ ਸੱਦ ਲਿਆ ਨਹੀਂ ਤੈਨੂੰ ਸ਼ਰਮ ਨਹੀਂ ਆਈ ਬੀਬੀ ਘਰੋਂ ਕੋ ਸੋਚ ਕੇ ਨਹੀਂ ਸੀ ਟੁਰੀ ਤੂੰ ਹੈ ਦੱਸਾ ਯਾਰ ਮਿਸ ਵਰਲਡ ਦੇ ਮੁਕਾਬਲੇ ਕੁੜੀ ਇਹ ਕੀ ਕਰਦੇ ਹੋ ਯਾਰ ਕੁੜੀ ਇਹੋ ਜੀ ਕੁੜੀ ਪੂਰੇ ਮਹੱਲੇ ਚ ਇੱਕੋ ਗੱਲ ਤੋਂ ਮਸ਼ਹੂਰ ਹੁੰਦੀ ਹੁੰਦੀ ਕਿਹੜੀ ਕਿ ਜੀ ਬੁੱਸਿਆ ਸਾਲਣ ਉਹ ਬਹੁਤ ਅੱਛਾ ਸੁੰਗਦੀ ਤੇਰੇ ਸਾਈ ਮਰ ਜਾਣੀ ਤੇਰੇ ਕੀ ਹੋਇਆ ਕੀ ਹੋਇਆ ਉਹ ਮੈਂ ਸੁਣ ਲਿਆ ਅੰਗਰੇਜ਼ੀ ਬੋਲੇਗੀ ਉਹ ਸ਼ੁਰੂ ਹੀ ਅਸੀਂ ਮੈਂ ਤੇ ਮੁਕਾਬਲੇ ਆਸਤੇ ਆਈ ਆ ਤੇਰਾ ਖਾਨਾ ਖਰਾਬ ਹੋ ਗਿਆ ਤੇਰਾ ਤੇ ਬੀਬੀ ਆਪਣਾ ਬੋਲਦੀ ਤੇ ਵੇਖ ਜਰਾ ਮੈਂ ਮੁਕਾਬਲੇ ਆਸਤੇ ਆਣੀ ਆ ਆਪਣਾ ਜੇ ਬੁਰਾ ਨਾ ਬਣਾਇਆ ਤੇ ਤੇਰੀ ਸੀਲ ਕੁੱਕੜ ਨਾਲ ਲੜਾਈ ਕਰਾ ਲਈਏ ਆਪਣੇ ਖਾਮ ਨੂੰ ਕਹਿ ਰਹੀ ਤੈਨੂੰ ਸੁਹਾਗਰਾਤ ਦੀ ਪਈ ਮੈਨੂੰ ਗੈਸ ਹੋਈ ਸੋਚ ਹੀ ਨਹੀਂ ਆਈ ਕੋਈ ਤੈਨੂੰ ਸੋਚ ਹੀ ਨਹੀਂ ਆਈ ਕਮ ਅਜ ਕਮ ਕਿਲੋ ਡੇਢ ਕਿਲੋ ਪਾਊਡਰ ਲਾ ਕੇ ਆਈ ਕਮ ਅਜ ਕਮ 70-75 ਰਸ ਖਾਦੇ ਨੇ ਖਾਨਾ ਖਰਾਬ ਪਰ ਇਹਦੇ ਟਕਾਰ ਫਸੇ ਨੇ ਕੀ ਸਵਾਲ ਕਰੀਏ ਉਹਦਾ ਕਾਹਦਾ ਸਵਾਲ ਕਰੀਏ ਇਹੋ ਜਿਹੀਆਂ ਬਤਕਾਂ ਹੋ ਗਈਆਂ ਜਿਹੜਾ ਆਪਣਾ ਅੰਡਾ ਵੇਖ ਕੇ ਆਪੇ ਖੁਸ਼ ਹੋਈ ਜਾਂਦੀਆਂ ਨੇ ਪਾਕ 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 ਇਹਦਾ ਕੀ ਮਤਲਬ ਪਾਕ 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 ਦਾ ਮੇਰੀ ਤੋਬਾ ਇਹਦਾ ਮਤਲਬ ਹੈ ਕਿ ਸਾਲ ਚ ਮੈਂ ਇੱਕ ਐਡਾ ਅੰਡਾ ਦਿੰਨੀ ਆ ਫਟ ਫਟ ਫਟਾਫਟ ਨਾ ਖਰਾਬ ਦੀ ਬੱਚੀ ਜੀ ਸਵਾਲ ਸ਼ੁਰੂ ਕਰੇ ਇਹਦੇ ਨਾਲ ਸਵਾਲ ਸ਼ੁਰੂ ਕਰੀਏ ਹਾਂ ਜੀ ਆਪਕੇ ਮੈਡੀਕਲ ਟੈਸਟ ਹੋ ਗਏ ਹਾਏ ਕਮਾਲ ਗੱਲ ਕਰਨਾ ਯਾਰ ਆਪਕੇ ਮੈਡੀਕਲ ਟੈਸਟ ਹੋ ਗਏ ਇਹੋ ਜਿਹੇ ਮਰੀਜ਼ ਨੂੰ ਤਾਂ ਗੇਟੋਂ ਬਾਹਰ ਹੀ ਟੀਕਾ ਲੱਗ ਜਾਂਦਾ ਚੱਲ ਅੰਦਰ ਜਾ ਕੇ ਮਾਹੌਲ ਖਰਾਬ ਕਰੀ ਜੀ ਆਪਕਾ ਨਾਮ ਸਾਦੀਆ ਸਾਦੀਆ ਰੋਟੀ ਖਾਧੀ ਆ ਕਿ ਨਹੀਂ ਖਾਧੀ ਆ ਲੱਗਦਾ ਕਿਤੇ ਬਹੁਤ ਦੂਰ ਬੈਠੇ ਅਸੀਂ ਸਾਦੀਆ ਇਹ ਕੀ ਨਾਂ ਦੱਸਿਆ ਜੀ ਸਾਦੀਆ ਸਾਦੀਆ ਹਾਂਜੀ ਸਾਦੀਆ ਤੇ ਸਾਦੀ ਹੋਣਾ ਔਰ ਤੇ ਕਢਾਈ ਹੋਣੀ ਸੀ ਆ ਸਾਦੀਆ ਆਪਕਾ ਨਾਮ ਸਾਦੀਆ ਹਾਂਜੀ ਆਪਕਾ ਤਾਲੁਕ ਕਿਸ ਕਿਸ ਬੰਦੇ ਕੇ ਸਾਥ ਹੈ ਓਏ ਹਾਏ ਇਹ ਦੁਕਾਨ ਦੇ ਦਵਾਈ ਖੁਦਾ ਦੀ ਦੱਸੋ ਕਦੀ ਮਰੀਦ ਕੇ ਉਹ ਪਹਿਲੇ ਮਰੀਦ ਕਦੋਂ ਚੌਲ ਆਉਂਦੇ ਸੀ ਹੁਣ ਇਹੋ ਜਿਹੀਆਂ ਔਰਤਾਂ ਆਉਣ ਲੱਗ ਪਈਆਂ ਇਹੋ ਜਿਹੀਆਂ ਔਰਤਾਂ ਪਿੱਛੋਂ ਬਿੱਲੀਆਂ ਆਉਣ ਲੱਗ ਪਈਆਂ
ਪਿੱਛੇ ਨਹੀਂ ਆਈ ਹੈ ਭਰਜਾਈ ਹੈ ਸਾਡੀ ਖਰਚਾ ਲੈਣ ਆਈ ਤੇ 20 ਰੁਪਈਏ ਨੂੰ आप जॉब क्या करती हैं? मेरा अपना जाति पीसी हुए। गर्म पानी ले अंदर। क्यों? मैं खुदा दी कसम मेरा लक खान नहीं। और तू यकीन कर रहा खाना खराब हो जाए नहीं तेरा पीसी हो थे नहीं तेरे खोखे जी जाके स्कूटर बजे नहीं तेरा जैज कार्ड पाटे नहीं तेरा यू फोन खराब हो गए नहीं तेरा टेलीनोर उजड़ जाए नहीं तेन वारद आप पवे ਬਲਕਿ ਤੈਨੂੰ ਵਾਰਦ ਨਾ ਪਵੇ ਤੈਨੂੰ ਵਾਰਦ ਦਾ ਮਾਲਕ ਅਰਬੀ ਪਵੇ ਅਨਤਾ ਹੁਜਰਾ ਸ਼ੁਰਤਾ ਇਕ ਰਬਰ ਰਹੀ ਅੱਲਾ ਅੱਲਾ ਆਮੀਨ ਹਾਂਜੀ ਆਪ ਪੀਸੀਓ ਪੇ ਕਿਸੇ ਕੋ ਛੋੜ ਕੇ ਆਈ ਹੈ ਜਾਂ ਖੁਲਾ ਨਹੀਂ ਅੱਬਾ ਨੂੰ ਬਿਠਾ ਕੇ ਆਈ ਹਾਂ ਅੱਬਾ ਵੀ ਕੋਆਪਰੇਟ ਕਰਦਾ ਬੁੱਢਾ ਉਹ ਬਾਬਾ ਤੈਨੂੰ ਦਮੇ ਦੀ ਸ਼ਿਕਾਇਤ ਹੋਵੇ ਆਪਕੇ ਅੱਬੂ ਕੋ ਪਤਾ ਕਿ ਆਪ ਮੁਕਾਬਲੇ ਕੇ ਲਈ ਗਈ ਹੈ ਨਹੀਂ ਦਰਅਸਲ ਮੈਂ ਜਿੱਤ ਕੇ ਸਰਪ੍ਰਾਈਜ਼ ਦੇਣਾ ਚਾਹ ਰਹੀ ਹਾਂ ਸ਼ਟਰ ਸੁੱਟੋ ਬੰਦ ਕਰੋ ਇਹ ਕੰਮ ਕਿਉਂ ਉਹ ਜਿੱਤ ਗਈ ਹੈ ਅਗਲੇ ਅੱਛਾ ਚਲੋ ਉਹ ਕਹਿੰਦੀ ਮੈਂ ਸਰਪ੍ਰਾਈਜ਼ ਦੇਣਾ ਮੈਂ ਜਿੱਤ ਕੇ ਸਰਪ੍ਰਾਈਜ਼ ਦੇਣਾ ਸ਼ਾਦੀ ਸ਼ੁਦਾ ਹੈ ਨਹੀਂ ਹੋਰ ਕੀ ਗੈਬ ਸ਼ੁਦਾ ਹੈ ਆਪਕੀ ਬੀਵੀ ਕੀ ਕਰਤੀ ਹੈ ਸੌਰੀ ਆਪਕਾ ਸ਼ੋਹਰ ਹੈ ਹਾਂ ਜੀ ਇਹ ਇਤਨੀ ਸ਼ਾਦੀ ਹੋਈ ਸੀ ਤਲਾਕ ਹੋ ਗਈ ਹੈ ਤਲਾਕ ਹੋ ਗਈ ਬੱਚੇ ਬੱਚੇ ਕੋਈ ਨਹੀਂ ਪਰ ਤਿੰਨ ਹੈ ਨੇ ਸਹੀ ਗੱਲ ਦੱਸੇ ਬੱਚੇ ਕੋਈ ਨਹੀਂ ਤਿੰਨ ਹੈ ਨੇ ਦਾ ਕੀ ਮਤਲਬ ਉਹ ਮੇਰਾ ਮਤਲਬ ਹੈ ਬੱਚੇ ਤਿੰਨ ਨਹੀਂ ਸਨ ਪਰ ਬੱਚੇ ਕੋਈ ਨਹੀਂ ਅੱਛਾ ਮਾਂ ਦੀ ਸ਼ਕਲ ਵੇਖਦੇ ਸਨ ਫੜੁਕ ਜਾਂਦੇ ਵਾ ਕਮਾਲ ਹੈ ਮੈਂ ਕਿਹਾ ਭਾਈ ਜਾਨ ਜਵਾਬ ਦੇ ਸੋਣਿਆ ਮੇਰੇ ਵੱਲੋਂ ਜਵਾਬ ਹੀ ਇਹ ਭੈਣ ਹੀ ਹੈ ਭਾਈ ਹੈ ਇਹ ਸ਼ਕਲੋਂ ਹੀ ਭੈਣ ਜੇ ਇਹ ਤੇਰੀ ਭੈਣ ਹੈ ਨਾ ਫਿਰ ਇਹਦੀ ਆਸ ਤੇ ਨਾ ਰਹੀ ਇਹਨੂੰ ਮਿਹਨਤ ਮਜ਼ਦੂਰੀ ਕਰਨੀ ਪੈਣੀ ਹੈ ਸ਼ੁਕਰ ਅੱਲਾ ਦਾ ਮੈਂ ਮਿਹਨਤ ਮਜ਼ਦੂਰੀ ਕਰਾਂਗਾ ਹੱਕ ਲਾਲ ਦਿਖਾਵਾਂਗਾ ਤੂੰ ਲੱਕੀ ਹੈ ਅਗਲੀ ਤੇਰੀ ਆਉਣੀ ਉਹ ਤੇਰੀ ਭੈਣ ਮੈਂ ਕਿਹਾ ਭਾਈ ਜਾਨ ਅੱਜ ਪਾਸ ਹੋ ਜਾਏਗੀ ਹਾਂ ਬਾਜੀ ਕੱਲ ਆਏ ਕੱਲ ਤੇ ਘੋੜਿਆਂ ਦੀ ਰੇਸ ਹੋਣੀ ਉਹਨਾਂ ਦੀ ਬਾਤ ਆ ਜਾਂਦੇ ਆ ਸਾਦੀਆ ਹਾਂ ਜੀ ਮੇਰੇ ਸਵਾਲ ਦਾ ਜਵਾਬ ਦਿਓ ਪੁੱਛੋ ਇਹ ਦੱਸੋ ਕਿਹੜਾ ਦੁੱਧ ਹੈ ਜਿੰਨੂੰ ਬਿੱਲੀ ਨਹੀਂ ਪੈਂਦੀ ਮੈਂ ਦੱਸਾਂਗਾ ਸਰ ਜੀ ਦੱਸੋ ਜਿਹੜਾ ਉੱਤੇ ਟੰਗਿਆ ਹੋਵੇ ਇਹਦਾ ਜਵਾਬ ਕੋਈ ਗੁੱਜੋ ਨਹੀਂ ਦੇ ਸਕਦਾ ਮੈਂ ਕਿਹਾ ਮੇਰਾ ਤਮੀਜ਼ ਨਾਲ ਗੱਲ ਕਰ ਹੱਥ ਨਾ ਲਾ ਮੈਨੂੰ ਆ ਕਿਉਂ ਮੈਂ ਵਜ਼ੂ ਕੀਤਾ ਹੈ ਆਹਾ ਡੋਟ ਟੱਚ ਮੀ ਯੂ ਆਰ ਨਾਟ ਮਾਈ ਸਟੇਟਸ ਮਾਈ ਸਟੇਟਸ ਅਸ਼ੌਰੀਆ ਰਾਏ ਮੈਂ ਸਾਦੀਆ ਹਾਂਜੀ ਜਰਾ ਘੁੰਮ ਕੇ ਦਿਖਾਣਾ ਡੋਲਸ ਮਿੰਟੋ ਮੈਂ ਠੰਡਾ ਕਰੇ ਬੇਟੇ ਤੁਹਾਡਾ ਡੋਲਸ ਹੈ ਹੀ ਆਪਣਾ ਭੈਣ ਸਾਦੀਆ ਹਾਂਜੀ ਇੱਥੋਂ ਕੋ ਚਿੰਚੀ ਵਾਲਾ ਫਸਾ ਤੇ ਮਰੀਦ ਕੇ ਨਿਕਲ ਮੈਂ ਕਿਹਾ ਭਾਈ ਜਾਨ ਕਿਰਾਇਆ ਵੀ ਦੇ ਦੋ ਇਧਰਾਂ ਪੁੱਛ ਲੈ ਯਾਰ ਕੀ ਪੁੱਛ ਰਹਾ ਹੈ ਮੈਂ ਸਾਦੀਆ ਤੁਸੀਂ ਪਲੀਜ਼ ਦੱਸੋਗੇ ਕਿ ਤੁਹਾਡੀ ਤਾਲੀਮ ਕਿੰਨੀ ਹੈ पूरी दुनिया जिस मुकाबले गई नंबर वन हो गया ही ਉਹ ਖਤੂਨ ਜੀ ਦੀ ਵਜ੍ਹਾ ਤੋਂ ਸਾਰਿਆਂ ਨੇ ਪੈਸੇ ਖਰਚ ਕੀਤੇ ਨੇ ਹੁਸਨ ਦਾ ਮੁਜਸਮਾ ਡਾਂਸ ਵਿੱਚ ਉਹਦਾ ਕੋਈ ਸਾਨੀ ਨਹੀਂ ਔਰ ਹੁਸਨ ਵਿੱਚ ਵੀ ਕੋਈ ਸਾਨੀ ਨਹੀਂ ਤਸ਼ਰੀਫ ਲਿਆਂਦੀ ਹੈ ਦੁਨੀਆ ਦੀ ਆਖਰੀ ਅਸੀਨ ਔਰ ਦਿਲ ਥਾਂ ਕਰੇਗਾ ਮਿਸ ਆਸਟ੍ਰੇਲੀਆ ਬਾਬਾ ਫਰੀਦ ਚੱਕਰਗਾ ਅਸਤਕ ਕਰ ਲੈ ਜਾਨਾ ਮੇਰੀ ਤੋਬਾ ਅੱਲਾ ਜੀ ਮਾਫ ਕਰ ਦੇਣਾ ਜਾਨਾ ਅੰਡਾ ਗੁਨਾਹ ਨਹੀਂ ਕਰਦਾ ਅੱਲਾ ਪੂਰੇ ਰੋਜ਼ੇ ਰੱਖਾਂਗਾ ਸਵੇਰੇ 6 ਵਜੇ ਆਣਾ
ਕੁੜੀ ਲੈ ਕੇ ਤੂੰ ਜੁੱਤੀ ਦਾ ਨਿਸ਼ਾਨ ਪਾ ਕੇ ਵਿਖਾਤਾ ਉਹ ਤੈਨੂੰ ਕਿਸੇ ਕੁੜੀ ਲੈ ਕੇ ਆ ਤੂੰ ਇਹਦੀ ਬੀਵੀ ਲੈ ਇਹ ਮੇਰੀਆਂ ਕਿੰਨੀਆਂ ਕੁ ਬੀਵੀਆਂ ਨੇ ਇਸਲਾਮ ਚ ਚਾਰ ਦਿਆ ਨੇ ਅੱਛਾ ਇਹ ਵੀ ਇਹ ਪੁਰਖਰੀ ਕਿਉਂ ਭਈ ਕਦੀ ਕੁਝ ਕਰਦੀ ਕਰੀ ਕੁਝ ਕਰਦੀ ਹੈ ਹੋਵੇ ਉਹ ਟੇਕ ਕੇ ਖਲੋ ਹੀ ਨਹੀਂ ਸਕਦੀ ਕਿਉਂ ਉਹਨੂੰ ਉਹਦੀ ਮੈਲ ਤੰਗ ਕਰਨ ਡਈ ਹੈ ਹਾਏ ਹਾਏ ਉਹ ਤੈਨੂੰ ਕਿਹਾ ਸੀ ਕੁੜੀ ਲਿਆ ਬਗੈਰਤਾ ਤੂੰ ਕੀ ਕੁਆਬਾਂ ਵਾਲਾ ਪੱਖਾ ਸਜਾ ਕੇ ਲੈ ਕਮਾਲ ਹੀ ਹੋ ਗਈ ਯਾਰ ਜੀ यह मिस टाकिया फ्रॉम ऑस्ट्रेलिया मिस टाकिया फ्रॉम ऑस्ट्रेलिया जी हाँ करती क्या है जी बाजू ऑस्ट्रेलिया ने जंगल च रक्स कर दी है जी बांदर बांदर भी इन्हें सलाह जीत दिया वेला देंदे ने सारे बांदर ही दे सकते ने इन्हें हाँ बांदर सलाह जीत दिया इन्हें वेला देंदे ने हाँ ते अपना अल्लाह तड़ा पला करे बाजी के जाओ जाओ बना हाँ चलो ना सरदार कमाल जिम्मेदारी करो यार साडा जमण तो दिल चढ़ाता ही सरदार कमाल सका अरबी चो मेनू तू अरबी विखा जरा कलमी शोरे च छाला मारदा रहा दोस्तों पिछे को बस उल्टी दोस्तों बाद वाकई ब्रेक बनती है।
माई परले पासे जाके जुतियां मारने लग पई कहंदी मसा ते मैं उधर गई सा आ गया अपनी गल कर सालिया माई वाले भी जान लग पे अपनी बीवी नूं कहिंदा इन्हां गल्लां तों मैं तेरे नाल घरों नहीं निकलदा हुण भी कह आ गया हुण भी दस मामा आ गया अशरफ पीपे वाला आ गया बल्कि दो नंबर वाला आ गया धियां भैणां वाला आ गया जाहिर तू बगैर बशरम है तू बशरम कहदा मैं कणक नहीं खांदा ऐसा चमड़ा चालक अपने घर वड़िया अपनी बीवी को गुस्सा फड़ के जुतियां मारन लग पाया मैं क्या इन्हू क्यों मार लिया कहता वो घर ही बैठी रही कमेटियां कितों देनियां बस ठीक है मैं भी हम तेरी बीवी से गल करा तेरी बीवी हकीम नू जाके दी हकीम साहब मेरे घर औलाद नहीं होंगी हकीम उन्होंने कहता तेरे बंदे च नुकसे कहती इंज फिर पूरे महल्ले च नुकसे बैठो 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 अस्पताल गया खून देने वास्ते अच्छा। डाक्टर ने ए चाली इन्ह को खून कटिया बेहोश हो गया हाँ। वो बेचारे ने को अठ बोतल पल लाइया तीन घंटे बाद तेन होश आई डॉक्टर कहता शुक्र आलम तो जनाब तेन होश आ गई ये चावल कहता कोई ऐसी गल नहीं डॉक्टर साहब भावे होर कड लो साल पहले पिछलिया अठा का तो साप दे गया खून देने नाली भी नहीं लाई खून बड़ा निकलिया खून क्यों निकलिया भैन और भैन मेरा सिर पाट गया सी सारे जमीन चो बचता रहा आ गया फटे सिर वाला आ गया बाहर निकल उन्हें तेन की किया मामा ले कहता उन्हें की किया वह बेचारे तो जमीन च सिर मारदा रहा तो गल भी ना करे सीट का हैंडल फड़ के सीट पिछे करी जाए उते नाल दे बंदे ने कहा ने कहा पाए ने सीट का हैंडल नहीं तेरी भैन की जज बैठी
ਔਰ ਮੁੰਡੇ ਨਹਿਰ ਤੇ ਨਹਾਉਂਦੇ ਹੋਣਾ ਇਹੋ ਜਿਹਾ ਮੁੰਡਾ ਨਹਾਉਣ ਜਾਵੇ ਉਹ ਨਹਾਉਂਦੇ ਮੁੰਡੇ ਵੇਖ ਕੇ ਨੂੰ ਕਹਿੰਦੇ ਨੇ ਲੈ ਆ ਗਿਆ ਹੁਣ ਫੇਰ ਨਹਾਉਣਾ ਪੈਣਾ ਅਸ਼ਰਫ ਪੀਪੇ ਵਾਲਾ ਈਦ ਪੜਨ ਗਿਆ ਅੱਛਾ ਈਦ ਪੜਨ ਗਿਆ ਉੱਥੇ ਇੱਕ ਬਾਬੇ ਨੇ ਕਿਹਾ ਅੱਗੇ ਆ ਬਈ ਕਹਿੰਦਾ ਬਾਬਾ ਜੀ ਈਦ ਵਾਲੇ ਦਿਨ ਤੇ ਛੱਡ ਦਿਓ ਬਾਹਰ ਰੋਡ ਤੇ ਐਕਸੀਡੈਂਟ ਹੋਇਆ ਇਹਨੂੰ ਕੋ ਵੇਖਣ ਨਾ ਦੇਵੇ ਅੱਛਾ ਪਿੱਛੇ ਖਲੋ ਕੇ ਕਹਿੰਦਾ ਜਿਹੜਾ ਐਕਸੀਡੈਂਟ ਹੋਇਆ ਮੇਰਾ ਅੱਬਾ ਹੈ ਅੱਗੇ ਗਿਆ ਤੇ ਖੋਤਾ ਬੱਸ ਚ ਬਚਾ ਸੀ ਅਬੇ ਨਹੀਂ ਪਤਾ ਲੱਗਾ ਮੈਂ ਬੂਟੀ ਪੀਤੀ ਸੱਤਵੀਂ ਮੰਜ਼ਿਲ ਤੋਂ ਥੱਲੇ ਡਿੱਗਾ ਆ ਪੰਜ ਛੇ ਬੰਦੇ ਆ ਭਾਜੀ ਖੈਰ ਕੀ ਹੋਇਆ ਕਹਿੰਦਾ ਪਤਾ ਨੀ ਜੀ ਮੈਂ ਤੇ ਆਪ ਹੁਣੇ ਆਇਆ ਉਹ ਤੇ ਉਹਨੇ ਤੈਨੂੰ ਆਉਂਦਿਆਂ ਵੀ ਇਹੀ ਲਿਆਇਆ ਜੀ ਉਹ ਇੰਨੀ ਦੂਰੋਂ ਆ ਕੇ ਬੰਦਾ ਗੱਲ ਕਰ ਸਕਦਾ ਇਹ ਫਿਲਮ ਵੇਖਣ ਗਿਆ ਸ਼ਾਨ ਦੀ ਗੁੰਡਾ ਟੈਕਸ ਸ਼ਾਨ ਨੇ ਸਕਰੀਨ ਤੇ ਆ ਕੇ ਗਿਆ ਬਾਹਰ ਨਿਕਲੋ ਬਗੈਰ ਤਾਂ ਇਹ ਚੁੱਪ ਕਰਕੇ ਬਾਹਰ ਨਿਕਲ ਗਏ ਮੈਂ ਬਾਹਰ ਆਇਆ ਇਹ ਵੀ ਬਾਹਰ ਖਲੋਤਾ ਮੈਂ ਕਿਹਾ ਤੂੰ ਕਿਉਂ ਬਾਹਰ ਆਇਆ ਕਹਿੰਦਾ ਓਏ ਉਹਨੇ ਇੱਕ ਦਫਾ ਪਹਿਲੇ ਵੀ ਕਿਹਾ ਬਹੁਤ ਅੱਛੇ ਭਾਈ ਮੈਂ ਤੈਨੂੰ ਕੁਛ ਨੀ ਕਹਿਣਾ ਮੈਂ ਤੇਰੀ ਭੈਣ ਨੂੰ ਚਪੇੜਾ ਮਾਰ ਰਹੀਆਂ ਨੇ ਟੈਮ ਓਏ ਇਹਦਾ ਮੂੰਹ ਕਾਲਾ ਕੀਤਾ ਕਿਤੋਂ ਫੜੀ ਗਈ ਉਹ ਨਹੀਂ ਜਨਾਬ ਵੱਜ ਵੱਜ ਕੇ ਹੋ ਗਈ ਏ ਅਤਿਆਤ ਕਰੀ ਆਂਦਾ ਮੈਂ ਕਿਹਾ ਇਹਦੀ ਕਟਿੰਗ ਕਿਉਂ ਇੰਜਦੀ ਤੇ ਇਹ ਪਹਿਲੇ ਪਾਇਲਟ ਸੀ ਅੱਛਾ ਆ ਫਿਰ ਉਹਨਾਂ ਨੇ ਇਹਨੂੰ ਜੁੱਤੀਆਂ ਮਾਰ ਕੇ ਬਾਹਰ ਕੱਢਤਾ ਕਿਉਂ ਇਹ 14 ਅਗਸਤ ਵਾਲੇ ਦਿਨ ਜਹਾਜ਼ ਦਾ ਸਲੰਸਰ ਕੱਢ ਕੇ ਡਾਉਣ ਡਿਆ ਸੀ ਆ ਗਿਆ ਅਸ਼ਰਫ ਉੱਤੇ ਖਲੋਤਾ ਬੇਟਾ ਮੈਂ ਉੱਤੇ ਖਲੋਤਾ ਤੇਰੇ ਉੱਤੇ ਖਲੋਤਾ ਮੈਂ ਚੁੱਕ ਬੜਾ ਪੀਪਾ ਇੱਥੇ ਚੱਲ ਚੁੱਕ ਬੜਾ ਪੀਪਾ ਸਾਲਿਆ ਤੂੰ ਕੀ ਪੀਪਾ ਪੀਪਾ ਲਾਈ ਤੇ ਸਾਲਿਆ ਆਪ ਹੀ ਤੇ ਵਿੱਚ ਲਿਖੇ ਆ ਇਹਨੂੰ ਉਦੋਂ ਤੇ ਮੈਨੂੰ ਬਾਹਰ ਕਹਿੰਦਾ ਸੀ ਐ ਵਜਾਏਗਾ ਤੇ ਹਿੱਟ ਹੋਏਗਾ ਤੂੰ ਆਪ ਸਾਰਿਆ ਟਾਈਆਂ ਟੂਈਆਂ ਲਾ ਕੇ ਕੁੜੀਆਂ ਨੇ ਫਿਰ ਜਿਹਨੇ ਸਾਨੂੰ ਪੀਪੇ ਚਕਾਏ ਇਹਦੇ ਤੂੰ ਹਾਲਾਂਕਿ ਜਦੋਂ ਫੈਸਲਾਬਾਦ ਹੁੰਦਾ ਸੀ ਮੱਝ ਗੋਹਾ ਕਰਦੀ ਸੀ ਘਰੋਂ ਛੁਰੀ ਲੈ ਕੇ ਆਉਂਦਾ ਸੀ ਹੈਪੀ ਬਰਥਡੇ ਹੈਪੀ ਬਰਥ ਆ ਗਿਆ ਸ਼ਰਮੀਏ ਮੈਂ ਪਿੱਛੇ ਕੁੜੀ ਕੋ ਬੈਠਾ ਉੱਥੇ ਆ ਕਰ ਕੰਮ ਵੱਲ ਧਿਆਨ ਦਿਓ ਕੰਮ ਵੱਲ ਧਿਆਨ ਦਿਓ ਆਪ ਕੁੜੀਆਂ ਕੋਲੋਂ ਉੱਠਦਾ ਨੀ ਹਾਲਾਂ ਦੁਨੀਆਂ ਦਾ ਤੂੰ ਪਹਿਲਾ ਬੰਦਾ ਜਿਹਦੇ ਬੋਲਦਾ ਲਾਸਟਿਕ ਟੁੱਟਾ ਚਾਚੇ ਤਾਏ ਬਾਹਰ ਗਏ ਹੁਣ ਉਹ ਤੁਹਾਡੇ ਤੇ ਸਾਰੇ ਜੇਲ੍ਹ ਚ ਆਏ ਹੋ ਗਿਆ ਕੇਸ ਯਾਰ ਬਤਰੀਜ਼ ਨਾ ਕਰੋ ਇਹ ਭਾਈ ਜਾਨ ਅੱਛਾ ਇਹੋ ਜਿਹੇ ਬੰਦੇ ਕੋਲੋਂ ਤੇਜ਼ ਕਾਰ ਲੱਗੇਗਾ ਤੇਰੇ ਘੇੜ ਉਹ ਹਰਾਮ ਦਾ ਮਾਲ ਹੈ ਭਾਈ ਇਹ ਹਰ ਸ਼ਾਇ ਮੇਰੇ ਕੋ ਤੇਜ਼ ਤੇਰੀ ਭੈਣ ਨੇ ਲੈ ਕੇ ਦਿੱਤੀ ਗੱਡੀ ਅਗਲੇ ਨੂੰ ਉਹ ਸ਼ਾਮ ਨੂੰ ਬੰਦਾ ਕਹਿੰਦਾ ਭਾਈ ਨੇ ਦੇਖ ਅਸੀਂ ਪਾਕ ਪਤਨ ਲੈ ਕੇ ਜਾਣੀ ਇਹ ਸਾਲਾ ਆਪਣੇ ਇੰਨੇ ਕੁ ਚੌਲਾਂ ਦੇ ਚੱਕਰ ਤੇ ਲੱਗਦਾ ਰਿਹਾ ਨਹੀਂ ਭਾਈ ਮਿਸਟੇਕ ਹੋਈ ਜੀ ਮਿਸਟੇਕ ਹੋਈ ਮਿਸਟੇਕ ਹੋਈ ਆਪ ਇੱਕ ਬੰਦਾ ਨੂੰ ਕਹਿੰਦਾ ਮੇਰੀ ਭੈਣ ਗੁਆਚ ਗਈ ਕਹਿੰਦਾ ਕਿਹੋ ਜੀ ਕਹਿੰਦਾ ਕਾਲੀ ਜੀ ਸੀ ਦੰਦ ਟੁੱਟੇ ਸਨ ਇਹ ਕਹਿੰਦਾ ਮੇਰੀ ਭੈਣ ਵੀ ਗੁਆਚੀ ਕਹਿੰਦਾ ਉਹ ਕਿਹੋ ਜੀ ਕਹਿੰਦਾ ਸਣਾ ਵਰਗੀ ਕੱਦ ਇਹ ਜਿਹੜੀ ਮੋਟੀ ਅੱਖ ਚਿੱਟੀ ਗੋਰੀ ਉਹ ਕਹਿੰਦਾ ਮੇਰੀ ਭੈਣ ਛੱਡ ਚਲੋ ਇਹਦੀ ਲੱਭੀਏ ਚੱਲ ਕੇ ਮੇਰਾ ਪੁੱਤਰ ਤੁਸੀਂ ਇਸ ਤਰ੍ਹਾਂ ਕਰੋ ਸਾਨੂੰ ਆਪਣੀ ਆਵਾਜ਼ ਦਾ ਟੈਸਟ ਦਿਓ ਗਾਣਾ ਸੁਣਾਓ ਤੁਹਾਡੀ ਕੈਸਟ ਕਰਾਵਾਂਗੇ ਤੁਸੀਂ ਸਾਡੀ ਆਵਾਜ਼ ਤੋਂ ਤੁਸੀਂ ਇੰਨਾ ਮੁਤਾਸਰ ਹੋਣਾ ਔਰ ਤੁਸੀਂ ਆਪਣੀਆਂ ਬੱਚੀਆਂ ਵੀ ਸਾਨੂੰ ਦੇ ਦੇਣੀਆਂ
ਤੁਹਾਨੂੰ ਵੈਗਨ ਤੇ ਚੜਾ ਆਵਾਂ। ਚੁੱਕੋ ਨਾ ਪੀਪਾ ਰੱਖ ਬਾਥਰੂਮ ਤੂੰ ਚੁੱਕ ਭਾਈ। ਇਹ ਭਾਈ ਜੀ ਸਹੀ ਹੈ ਸਾਡੀਆਂ ਕੇਸ ਤਾਂ ਕਰਾਓ। ਹਾਂ ਅੱਲਾ ਦੇ ਹੁਕਮ ਨਾਲ ਗਾਣਾ ਸ਼ੁਰੂ ਹੋਣ ਲੱਗਾ ਨਾ। ਸਾਡੀਆਂ ਕੇਸਾਂ ਤੇ ਸਾਡੇ ਫੈਨ ਸਾਡੇ ਕੋਲ ਖੋ ਕੇ ਦੌੜ ਜਾਂਦੇ ਨੇ। ਕਹਿੰਦੇ ਉੱਤੇ ਕੁਝ ਹੋਰ ਭਰਾਵਾਂਗੇ। ਨਹੀਂ ਭਾਈ ਮਸ਼ਹੂਰ ਆ ਕੇ ਗੱਲ ਕਰ ਰਿਹਾ। ਆਹ ਲਓ ਸੁਣੋ ਫਿਰ ਗਾਣਾ ਸੁਣੋ। ਪਗਾਰ ਤੋਂ ਤੁਹਾਨੂੰ ਇਸ ਤੋਂ ਇਲਾਵਾ ਕੁਝ ਨਹੀਂ ਆਉਂਦਾ। ਆ ਗਿਆ ਸਿਰਫ ਪੀਪੇ ਕੁਦਰਾ ਤੂੰ ਸੁਣਾ ਚੋਰੀਆਂ ਦਾ ਮਾਲ ਵੇਚਣ ਵਾਲੇ ਆ। ਤੂੰ ਸੁਣਾ ਸ਼ੁਕਰ ਹੈ ਲਾਲਾ ਕੀ ਐਕਟਾਂ ਪੇਸ਼ ਕਰ ਰਹੀ ਹੈ। ਮੈਂ ਕਿਹਾ ਇਹਨੂੰ ਇੰਜ ਪੈ ਜੀ ਜਿਵੇਂ ਡੈਵੋ ਨੂੰ ਰਕਸ਼ੇ ਪੈਂਦੇ ਨੇ। ਤੂੰ ਪੈਰ ਰਕਸ਼ੇ ਹੋਵੋ ਮੈਂ ਤੇ ਕੁੱਤੇ ਹੋਵੋ ਪਵਾਂਗਾ। ਪਹਿਲੇ ਤੇ ਟੋਟੇ ਚਲਾਉਂਦੀ ਰਹੀ ਕਹਿੰਦੇ ਚੁੱਪ ਕਰੋ ਜੋ ਕਹੋਗੇ ਹੋਏਗਾ। ਥੈਂਕ ਯੂ ਇਹ ਮੇਰਾ ਦੋਸਤ ਹੈ ਬਾਹਰ ਕੱਢ ਦਿਓ। ਕਹਿੰਦੇ ਬਾਹਰ ਕੱਢ ਦਿਓ ਉਹ ਮੈਂ ਜਾਫਰੀ ਦਾ ਮੁੰਡਾ। ਹਾਏ ਹੈਲੋ ਆਪਕਾ ਨਾਮ। ਚੁੱਪ ਕਰੋ ਕੋਈ ਗੰਦਾ ਨਾ ਯਾਰ ਕੀ ਫਜ਼ੂਲ ਗੱਲਾਂ। ਉਹ ਕਹਿੰਦੀ ਮੁੱਠ ਰੱਖੋ ਜੋ ਸੋਚਿਆ ਹੋ ਕੇ ਰਹਿਣਾ। ਦਸ ਮਿੰਟ ਬਹਿ ਕੇ ਚੱਲ ਜਾਣਾ ਸਾਹਿਬ ਜੀ। ਹਾਂਜੀ ਅੱਛੀ ਅੱਛੀ ਨਾ ਕਰੋ। ਕੀ ਕਰੀਏ ਮੈਂ ਪਾਣੀ ਬਹੁਤਾ ਪੀਤਾ ਹੈ। ਆਪਣੀ ਕੈਂਚੀ ਨਾ ਵਾਲ ਕੱਢੇ ਬਾਜੀ ਰੋਜ਼ੀ ਰੋਜ਼ੀ ਬਾਜੀ ਆ ਮੈਨੂੰ ਬਾਹਰ ਰਹੋ ਵਾਲੇ ਕੋਲ ਛੱਡ ਆਇਓ। ਮੈਂ ਉਹਨੂੰ ਕਿਹਾ ਇੱਕ ਗਲਾਸ ਪਿਆ ਰਹੋ ਅੱਗੋਂ ਕਹਿੰਦਾ ਪਹਿਲਾਂ ਰਾਤ ਰਹੋ। ਸਾਡੀ ਕਦਰ ਦਾ ਹੀ ਨੀ ਪਤਾ ਟੁੱਟ ਪੈਣੇ ਸੀ ਨਾ ਕੁੜੀਆਂ ਨੂੰ ਬੰਦਾ ਕਹਿ ਰਹੇ ਸੀ ਇਹਨੂੰ ਭਲਾ ਕਿਵੇਂ ਬੁਲਾਉਣਾ ਕਿਸ ਤਰ੍ਹਾਂ ਖਲੋ ਤੇਰੇ ਮਰ ਜਾ ਪਰਾਂ ਮਰ ਦੇ। ਸਾਡੇ ਬਾਰੇ ਤੇ ਜੀਓ ਵਾਲਿਆਂ ਨੇ ਕਹਿ ਦਿੱਤਾ ਕੀ ਕਹਿ ਦਿੱਤਾ ਖੁਸਰਾ ਕੰਮ ਸੁਥਰਾ। ਹਾਂ ਪੈਸੇ ਖਰਚੋ ਤੇ ਵੇਖੋ ਮੁਜਰਾ ਇਹ ਮਿਸ ਰੋਜ਼ੀ ਸਨ। ਅੱਛਾ ਕੀ ਨਾਮ ਸੀ ਇਹਨਾਂ ਦਾ ਮਿਸ ਰੋਜ਼ੀ ਕਿੰਨਾ ਪਿਆਰਾ ਨਾਂ ਯਾਰ ਰੋਜ਼ੀ। ਓਏ ਮਰੇ ਨਾਂ ਹੈ ਮਿਸ ਰੋਜ਼ੀ। ਬਸ ਦੁਆ ਕਰੋ ਇਸ ਰੋਜ਼ੀ ਦੇ ਮੱਥੇ ਕਿਤੇ ਲੱਗ ਜਾ ਮੈਂ ਬੜਾ ਲੂਣ ਵਾਲਾ ਖਿਓੜੇ ਜੰਮਿਆ
ਇਹ ਮੁਕਾਬਲਾ ਹੁਸਨ ਜਿੱਤ ਜਾਣਗੇ। ਸਾਰੇ ਮੇਰਾ ਕਾਰਡ ਰੱਖੋ। ਅੱਛਾ, ਇਹ ਮਿਸ ਵਰਲਡ ਬਣ ਗਈ ਤੇਰੇ ਸਦਕੇ ਜਾਂ ਆਏ। ਇਹ ਬੜੇ ਜ਼ਾਇਕੇ ਨੇ, ਕੌਣ ਕੌਣ ਆਉਂਦਾ ਸੀ? ਤੁਹਾਡਾ ਟੇਸਟ ਖਰਾਬ ਹੋਇਆ ਭੈਣ, ਤੁਹਾਡੇ ਕੋਲ ਛੋਟੇ ਨੇ ਨਾ। ਤੂੰ ਵੀ ਚੁੰਮੀ ਦੇ ਵੇ ਮੱਝਾਂ ਨੂੰ ਚਾਬੀ ਵਾਲੇ ਟੀਕੇ ਲਾਉਣ ਵਾਲੇ ਆ। ਅੱਛਾ, ਇਹਦਾ ਪਤਾ ਲੱਗ ਜਾਂਦਾ। ਟੇਸਟ ਤੇ ਕਰਾ। ਓਏ ਓਏ, ਗੋਹੇ ਦਾ ਸਵਾਦ ਆਉਣ ਡਿਆ। ਅੰਮੀ ਜੀ ਸੰਡੇ ਨਾਲ ਫਿਰਦੀ ਸੀ। ਚਲੋ ਕੋਈ ਗੱਲ ਨੀ, ਅਸੀਂ ਵੀ ਚੈੱਕ ਕਰ ਲੈਂਦੇ ਹਾਂ ਆਪਣਾ। ਭੁੱਲ ਗਿਆ, ਚੈੱਕ ਕਰ ਜਿਹੜੀ ਜੇ ਅਫੋਰਡ ਕਰਦੀ। ਪੂਰੇ ਪਾਕਿਸਤਾਨ ਦੇ ਜ਼ਾਇਕੇ ਨੇ ਯਾਰ। ਐਡਾ ਕੌਮੀ ਪੁੱਤਰ ਭਾਈ ਨਾ। ਵੇ ਮੇਰੀ ਵੀ ਮਸ਼ਹੂਰੀ ਬਣਾਓ ਵੇ, ਟੀਵੀ ਤੇ ਚੱਲੇ ਵੇ। ਟੀਵੀ ਤੇ ਚਲਾਵਾਂਗੇ ਦੱਸ। ਹਾਂ, ਮੇਰੀ ਮਸ਼ਹੂਰੀ ਬਣਾਓ। ਹਰੀ ਕਾਮ ਮੇ ਖਰੀ, 250-300 ਖਰਚੇ ਤੇ ਲੈ ਜਾਓ ਭਾਵੇਂ ਮਰੀ। ਤੇ ਕੰਪਨੀ ਦੀ ਮਸ਼ਹੂਰੀ ਵਾਸਤੇ ਥੱਲੇ ਵਿਛਾ ਲਿਓ ਦਰੀ। ਬੰਦੇ ਭਾਵੇਂ 40 ਆਉਣੇ, ਨੀ ਕਦੀ ਡਰੀ। ਭਾਵੇਂ ਰੁਪਈਆ ਵੀ ਨਾ ਦਿਓ, ਕਦੀ ਨੀ ਕਰਾਂਗੀ ਅੜੀ। ਆਖੇ ਲੜੀ ਬਦਬਦੀ ਭਾਈ ਨੇ। ਹਾਂ ਵੇਖੋ ਮੇਰੇ ਨਾਲ ਕੀ ਜ਼ਿਆਦਤੀ ਹੋਈ ਜੇ। ਤੇ ਤੁਹਾਡੇ ਨਾਲ ਜ਼ਿਆਦਤੀ ਹੁੰਦੀ, ਤੁਹਾਨੂੰ ਕਦੋਂ ਲੋਕੀ ਹਾਰ ਪਾਉਂਦੇ ਨੇ? ਕੀ ਹੋਇਆ ਕੀ? ਨਹੀਂ ਜ਼ਿਆਦਤੀ ਹੋਈ ਹੈ। ਹੋਇਆ ਕੀ? ਕਿਸੇ ਨਾ ਮੇਰੇ ਪਿਛਲੀ ਜੇਬ ਚੋਂ ਪੈਸੇ ਹੀ ਕੱਢ ਲੈ। ਤੇ ਤੈਨੂੰ ਪਤਾ ਨਹੀਂ ਲੱਗਾ ਕਿ ਪੈਸੇ ਕੱਢ ਰਿਹਾ? ਮੈਨੂੰ ਕੀ ਪਤਾ ਸੀ ਕਿ ਔਂਤਰੇ ਨੇ ਪੈਸੇ ਵੀ ਕੱਢ ਲੈ ਨੇ। ਕਿਉਂ ਇੰਜੈਕਸ਼ਨ ਲਾਣ ਡਿਆ ਸੀ? ਸਹੀ ਗੱਲ, ਮੈਂ ਡਾਕਟਰ ਕੋਲ ਗਿਆ। ਮੈਨੂੰ ਕੀ ਪਤਾ ਸੀ? ਪਰਾ ਮਰ ਜਾ ਖੁਸਰ ਫੁਸਰ, ਦੁੱਧ ਨਾ ਦਈ ਨਿਰਈ ਯਈ ਯਈ। ਤੂੰ ਜਿਹੜਾ 100 ਦੇਣਾ ਨਾ ਦਈ। ਲੜਕੀ ਨੇ ਤੇ ਅਕਲ ਹੀ ਦੰਗ ਕਰਤੀ ਹੈ। ਪਲਕਾਂ ਦੇ ਚਿਮਟੇ ਤੋਂ ਸਿੱਧਾ ਦਿਲੇ ਵੀ ਰਾਂ ਤੇ ਆਇਆ। ਮੇਰੇ ਦੋਸਤ ਤੋਂ ਚੀਜ਼ ਹੀ ਐਸੀ ਸੀ। ਔਰ ਚੀਜ਼ ਤੇ ਐਸੀ ਸੀ, ਵੈਸੇ ਫੋਨ ਤੇ ਐਡੀ ਜਲਦੀ ਨਹੀਂ ਸੀ ਚਾਹੀਦਾ ਤੈਨੂੰ ਸ਼ਾਦੀ ਦਾ ਕਹਿਣਾ। ਉਹ ਤੂੰ ਦੱਸ, ਅਗਰ ਤੇਰੇ ਦਿਲ 'ਚ ਖਿਆਲ ਆਉਂਦਾ ਤੂੰ ਨਾ ਕਹਿੰਦਾ। ਉਹ ਮੈਨੂੰ ਤਾਂ ਮਰਵਾਇਆ ਪੇਮੈਂਟ ਨੇ ਯਾਰ। ਮੈਂ ਚੈੱਕ ਕਰਨਾ, ਸ਼ਾਇਦ ਕਰ ਯਾਰ, ਸ਼ਾਇਦ ਆ ਗਏ ਹੁਣ ਬਾਹਰ। ਦਿੱਤਾ ਸੀ ਬੇਬੀ, ਪਹੁੰਚ ਗਏ ਹੁਣ, ਸ਼ਾਇਦ ਕਰ ਰਹੇ ਹੁਣ ਬਾਹਰ। ਕੌਣ ਆਏ? ਮੀਟਰ ਕੱਟਣ ਵਾਲੇ ਧੋਖਾ ਕਰਨ ਤੋਂ ਪਹਿਲੇ ਤੁਹਾਨੂੰ ਮੇਰੇ ਤੋਂ ਟੱਪਣਾ ਪਵੇਗਾ। ਤੇਰੀ ਲਾਸ਼ ਤੋਂ ਟੱਪਣਾ ਪਵੇਗਾ। ਹਾਂ ਅੱਛਾ, ਤੇ ਨਾਲ ਗੱਲ ਕਹਿ ਨਾ ਯਾਰ, ਠੀਕ ਕਰ ਰਹੇ ਹੋ ਆਪਣਾ ਖਾਲਾ ਜੀ, ਪਲੀਜ਼ ਆਓ ਨਾ ਅੰਦਰ। ਮੇਰੀ ਬੁੱਢੀ ਦੇ ਗੱਲਾਂ ਦਾ ਗੁੱਸਾ ਨੀ ਕਰਨਾ, ਬੜੀ ਸਿੱਧੀ ਹੈ। ਹਾਂਜੀ ਜੀ, ਪਤਾ ਲੱਗਾ ਖਾਲਾ ਜੀ ਬਹੁਤ ਸਿੱਧੇ ਨੇ। ਸੁਣਿਆ ਨੂੰ ਕਹੇ ਬੈਠੋ, ਲੰਮੇ ਪੈ ਜਾਂਦੇ ਨੇ। ਓਏ ਪਾਗਲ ਹੋਇਆ, ਮੇਰੀ ਫਰੈਂਡ ਨਹੀਂ ਕਰ ਰਹੇ, ਕੌਣ ਹੈ? ਪਾਟੀਆਂ ਨਾਸਾ ਵਾਲਾ।
ਖਾਲਾ ਜੀ ਅੱਜ ਕੱਲ ਸੀਤੀ ਚੀਜ਼ ਕਿਹੜੀ ਲੱਭ ਰਹੀ ਨਵਾਂ ਕੋਰਸ ਲਿਆ ਮੈਂ ਪੈਨੋਰਾਮਾ ਤੋਂ ਪਾਟਾ ਨਿਕਲਿਆ ਜਨਾਬ ਬਕਵਾਸ ਕਰਨ ਡਿਆ ਇਹ ਬੜੇ ਬੜੇ ਨੇਕ ਲੋਕ ਨੇ ਭਾਈ ਜਾਨ ਲੱਗ ਰਿਹਾ ਜੀ ਲੱਗ ਰਿਹਾ ਹਾਂਜੀ ਇਹਨਾਂ ਗੱਲਾਂ ਦੇ ਵਿੱਚੋਂ ਨੇਕ ਬਣਨ ਇਹਨਾਂ ਦੀ ਬੱਚੀ ਵੀ ਬੜੀ ਸ਼ਰੀਫ ਹੈ ਅੱਛਾ ਭਾਈ ਨੂੰ ਉਹਦੇ 'ਚ ਬੜੇ ਫੰਕਸ਼ਨ ਨੇ ਕੋਈ ਇੱਕ ਦੱਸੋ ਭੈਣ ਧੁੰਦ 'ਚ ਬੰਦਾ ਖਿੱਚ ਲੈਂਦੀ ਹਾਏ ਹਾਏ ਓਏ ਹੈ ਧੁੰਦ 'ਚ ਬੰਦਾ ਖਿੱਚ ਲੈਂਦੀ ਜੀ ਬਲੂਟੁੱਥ ਹੈ ਉਹਦੇ 'ਚ ਹਾਂ ਵੇ ਮੁੰਡਿਆ ਵੇ ਗੱਲ ਸੁਣ ਕੱਲੀ ਕੱਲੀ ਮੇਰੀ ਧੀ ਹੋ ਤੇਰਾ ਕੀ ਕਹਿੰਦੇ ਨੇ ਤੂੰ ਸਾਡੀ ਸਾਡੀ ਧੀ ਨੂੰ ਧੋਖਾ ਨਾ ਦੇਵੇਂ ਤੇਰੀ ਕੀ ਗਾਰੰਟੀ ਹੈ 4 ਸਾਲ ਦੀ ਗਾਰੰਟੀ ਕੱਢ ਦੇਵਾਂਗਾ ਤੁਹਾਨੂੰ ਆਪਣਾ ਹਾਏ ਹਾਏ ਆਓ ਜਾਈ ਕੁੜੀ ਮੋਬਾਈਲ ਨਾ ਵਹਿਣੀ ਓ ਕੱਢ ਦੇ ਓਏ ਉਹ ਦਰਮਿਆਨੇ ਜੀ ਆ ਪੁੱਤਾਂ ਇਹਨੂੰ ਸਾਰੀਆਂ ਕੰਡੀਸ਼ਨਾਂ ਦੱਸ ਤੇ ਸਾਈਨ ਕਰਵਾ ਫੜ ਪੈਨਸਲ ਦਿਓ ਨਿਊ ਖਾਨ ਦੇ ਹਾਕਰਾ ਇਹ ਲਓ ਜੀ ਇਹ 4 ਕਰੋੜ ਦਾ ਐਗਰੀਮੈਂਟ ਇਹਦੇ ਤੇ ਤੁਸੀਂ ਘੁੱਗੀ ਪਾ ਦਿਓ ਕਰਦਾ 4 ਕਰੋੜ ਦਾ ਇਸ ਲਈ ਕਿ ਕੱਲ ਨੂੰ ਇਹਨਾਂ ਦੀ ਧੀ ਨੂੰ ਤਲਾਕ ਦਿਓ ਤੇ ਹੱਕ ਮਹਿਰ ਦੀ ਸ਼ਕਲ 'ਚ ਤੁਹਾਨੂੰ ਅਦਾ ਕਰਨਾ ਪਵੇਗਾ ਆਪਣਾ ਸ਼ਾਹਿਦ ਕਾਕਾ ਠਹਿਰੋ ਜੀ ਮਿੰਟ ਕੀ ਕਰਦੇ ਪਏ ਉਹ ਹੈ ਬਈ ਉਹ ਬੜੇ ਪੈਸੇ ਕੀ ਕਰਨ ਲੱਗਾ ਉਹ ਪਾਗਲ ਹੋ ਗਿਆ ਬੜੇ ਪੈਸੇ ਨੇ ਕੁੜੀ ਤੇ ਵੇਖਣਾ ਅਸੀਂ ਮਹੀਨੇ 'ਚ 8 ਕਰੋੜ ਇਕੱਠਾ ਕਰ ਲੈਣਾ ਉਹ ਮੈਨੂੰ ਪਤਾ ਹੀ ਨਹੀਂ ਲੱਗਾ ਤੇਰਾ ਜ਼ੇਨ ਪ੍ਰੋਡਿਊਸਰ ਵਾਲਾ ਹੋ ਚੁੱਕਾ ਹੈ ਹਲੇ ਵੀ ਸੋਚ ਲੈ ਮੈਂ ਤੈਨੂੰ 1 ਕਰੋੜ ਦਾ ਤੇਰਾ ਜ਼ਾਤੀ ਕੋਠਾ ਪਵਾ ਦੇਣਾ ਦੇ ਲੈ ਮੈਨੂੰ ਬੜੇ ਜੰਪ ਲੱਗ ਗਏ ਭਾਬੀ ਨੂੰ ਦੱਸਦੀ ਯਾਰ ਮੈਂ ਤੇਰੇ ਨਾਲ ਹੀ ਹੁੰਦਾ ਮੇਰੇ ਕਹਿਣ ਦਾ ਮਤਲਬ ਕਿ ਦੱਸਦੇ ਕਿ ਤੇਰਾ ਮੇਰਾ ਬਿਜ਼ਨਸ ਜਿਹੜਾ ਕਮਾਇਆ ਬਿਜ਼ਨਸ ਇਕੱਠਾ ਜੀ ਅਸੀਂ ਦੋਵਾਂ ਨੇ ਦੁਕਾਨ ਖੋਲੀ ਜੀ ਹਨੀ ਗਾਰਮੈਂਟਸ ਲੇਕਿਨ ਮੈਂ ਤੈਨੂੰ ਦੱਸਦਿਆਂ ਅੱਜ ਨਾ ਮੈਨੂੰ ਰੋਕੀ ਦੋਸਤਾ ਤਮੀਜ਼ ਕਰੀਏ ਮੈਂ ਤੈਨੂੰ ਦੱਸਾਂ ਨਹੀਂ ਇਸ ਗੱਲ ਤੋਂ ਤੂੰ ਕਦੋਂ ਰੋਕਣਾ ਕੀ ਕਰਨੇ ਯਾਰ ਖਰੀਦ ਸੇ ਹੂੰ ਆਪਕੀ ਖਰੀਦ ਖੁਦਾਵੰਦ ਕਰੀਮ ਸੇ ਲੇਖ ਚਾਹਤਾ ਹੂੰ ਸੂਰਤ ਹਵਾਲ ਯੇ ਹੈ ਜਾਨੂ ਕਿ ਮੇਰੀ ਇਹ ਪਹਿਲੀ ਸ਼ਾਦੀ ਹੈ ਉਮੀਦ ਕਰਤਾ ਹੂੰ ਆਪਕੀ ਵੀ ਪਹਿਲੀ ਹੋਗੀ ਸੋਰੀ ਸ਼ੈਤਾਨ ਮਾਰਤੀ ਹੋ ਸ਼ਾਦੀ ਹੋਈ ਹੈ ਨਾ ਬੜਾ ਪੈਸਾ ਲੱਗ ਗਿਆ ਸਾਨੂੰ ਡਾਰਲਿੰਗ ਜਬ ਆਪਕੋ ਦੇਖਾ ਨਾ ਤੋ ਦਿਲ ਨੇ ਕਹਾ ਸ਼ਾਦੀ ਕਰ ਲੋ ਵਰਨਾ ਪੀਸ ਹਾਸੇ ਨਿਕਲ ਜਾਏਗਾ ਉਹ ਤੋ ਅੱਲਾ ਕਾ ਸ਼ੁਕਰ ਹੈ ਮਦਨੀ ਨੇ ਚੈੱਕ ਦੇ ਦਿਆ ਵਰਨਾ ਅੱਛਾ ਜਾਨੂ ਪਤਾ ਕਿਆ ਹੈ ਤੂੰ ਵੀ ਤਾਂ ਕੁਛ ਬੋਲੋ ਨਾ ਮੈਂ ਹੀ ਬੋਲਦਾ ਦੇਖੋ ਨਾ ਅਕੇਲਾ ਅੱਛਾ ਨਹੀਂ ਲੱਗਦਾ ਬੋਲੋ ਨਾ ਤੁਹਾਨੂੰ ਬੋਲਾ ਦਾਨੂ ਮੈਂ ਇਤਨੀ ਨਹੀਂ ਬੋਲਦੀ ਤੇ ਤੋ ਮੈਂ ਬੋਲੀ ਨਾ ਮੇਰੀ ਪਲੇਟ ਹੀ ਲਾ ਦੀ ਦਾਨੂ ਮੇਰੀ ਪਲੇਟ ਮੂਲ ਤੋਂ ਬਾਹਰ ਜਾ ਦੇ ਲਾ ਦੀ ਦਾਨੂ ਆਈ ਲਵ ਯੂ ਤੂੰ ਤੇ ਮੈਨੂੰ ਮੇਰੇ ਤੇ ਦਿਲ ਦੇ ਰਹੀ ਦਾਨੂ ਜੇ ਦਿਨ ਮੈਂ ਤੁਹਾਨੂੰ ਪਹਿਲੇ ਦੇ ਦਿਆ ਸੀ ਮੈਂ ਤੋ ਉਹਦੇ ਦਿਨ ਦਿਲ ਦੇ ਪੈਦੀ ਤਾਂ ਦਾਨੂ ਦਾਨੂ ਤੂੰ ਵੀ ਕਰੇ ਤੂੰ ਤੇ ਪਹਿਲੇ ਤੇ ਆਪਿਓ ਦਾਨੂ ਆਈ ਲਵ ਯੂ 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 ਦਾਨੂ ਤਿੱਤੇ ਥੱਲੇ ਹੋ ਬਾਤ ਦਾਨੂ ਦੇ ਦਿਨ ਦਾਦਾ ਮੇਰਾ ਵਿਆਹ ਫਾਈਨਲ ਹੋਇਆ ਸੀ ਨਾ ਮੈਂ ਤੇ ਉਹਦੇ ਦਿਨ ਵਿਆਹ ਦੀਆਂ ਰਹਿਤਲਾਂ ਤੁਰੂ ਕਰਦੀਆਂ ਸਨ ਜਦੋਂ ਮੈਂ ਦੀਦੀ ਵਿਆਹ ਦੀ ਰਹਿਤਲ ਮੈਂ ਕਿਹਾ ਇਹ ਵਿਆਹ ਹੁੰਦਾ ਹੈ ਇਹ ਤੇ ਮੈਨੂੰ ਪਤਾ ਸੀ ਹਾਂਜੀ ਮੈਂ ਕਿਹਾ ਨਾ ਕੋਈ ਨਵੀਂ ਗੱਲ ਦੱਸੋ ਇਹ ਵਿਆਹ ਤੇ ਮੈਨੂੰ ਉਦੋਂ ਪਤਾ ਸੀ ਜਦੋਂ ਮੈਂ ਐਦੀ ਜਿਹੀ ਥਾਂ ਹਾਂ ਮੈਂ ਲੋਤਾ ਦੇ ਤਰ੍ਹਾਂ ਤੇ ਵੇਖਦੀ ਥਾਂ ਚੈਨਲ ਦਾ ਮਾਲ ਨਿਕਲਿਆ ਚੈਨਲ ਦਾ ਮਾਲ ਨਿਕਲਿਆ ਰਕਮ ਡੁੱਬ ਗਈ ਜੇ 4 ਕਰੋੜ ਦਾ ਕੰਟੇਨਰ ਆ ਪਿਆ ਜੇ ਚੈਨਲ ਦਾ ਮਾਲ ਨਿਕਲਿਆ ਨਹੀਂ ਦਾਨੂ ਤੈਨਾਂ ਦਾ ਨਹੀਂ ਤੂੰ ਬਾਦੇ ਹੁੰਦੇ ਆ ਤੂੰ ਦੀ ਰੋਲਾ ਪਾਣਾ ਦੁਬਈ ਦਾ ਮਾਲ ਅੱਲਾ ਦਾ ਮਾਲ ਦਾਨੂ ਚੈਨਲ ਦਾ ਮਾਲ ਦਾਨੂ ਠੀਕ ਹੈ ਕਰ ਦਿਓ ਗੱਲਾਂ ਤੇ ਪੈਣ ਨਾ ਤਾਇਆ ਕਰੋ ਅਦਾਨਾ ਹੋਣਾ ਨਹੀਂ ਹਨ ਇੱਧਰ ਉੱਧਰ ਨਾ ਹੋ ਆਰਾਮ ਨਾਲ ਬੈਠ ਤੇ ਮੇਰਾ ਧੁੰਦ ਚੁੱਤੋ ਤੇ ਮੈਨੂੰ ਮੂੰਹ ਦਿਖਾਈ ਦਵੋ ਨਾਲੇ ਮੇਰੀ ਦਾਲ ਸੁਣੋ ਤੂੰ ਤੀ ਤਾਵਨ ਲਾ ਦੇ ਮੈਂ ਲਿਆ ਤਾਲਾਂ ਦੀ ਲੈ ਫੜ ਉਹ ਤੇ ਡਿਸਕਾਊਂਟ ਕਰਨ ਲਈ ਹੈ ਕੀ ਹੋ ਗਿਆ ਤੁਹਾਨੂੰ ਕਿਹੜੀ ਸਰਵਿਸ ਦੀ ਹੱਟੀ ਤੇ ਆ ਗਏ ਆ ਕੀ ਹੋ ਗਿਆ ਤੀ ਤੇ ਦੌੜ ਪਿਆ ਤੇ ਰੋ ਜੰਮੀ ਨਾ ਲਾ ਦੋ ਟਾਈਮ ਨਹੀਂ ਤਾਇਆ ਤਰੀਕਾ ਤੂੰ ਦੀਦੀ ਤਾਂ ਮਦਿਓ ਮੈਨੂੰ ਪਤਾ ਤੂੰ ਨਹੀਂ
ਮੈਂ ਤਾਰਾ ਤੂੰ ਤੀਤੇ ਆਈ ਹੈ ਦਾਲੂ ਤੁਹਾਨੂੰ ਮੇਰਾ ਨਹੀਂ ਪਤਾ ਮੈਥੋਂ ਆਰਿਆਂ ਵਾਲਾ ਦੁੱਧ ਵੀ ਪੀਤਾ ਹੈ ਚੜ ਮੈਨੂੰ ਮੈਂ ਸੱਤਵਾਂ ਵਾਲਾ ਗਲਾਸ ਪੀਤਾ ਹੋਇਆ ਮੇਰੇ ਵਾਲਾ ਭਾਵੇਂ ਥੱਤੂ ਪੀਓ ਤੇ ਭਾਵੇਂ ਅੱਥੂ ਪੀਓ ਮੇਲਾ ਤੇ ਵਿਆਹ ਹੋਇਆ ਨਾ ਆ ਦੋ ਇੱਥੇ ਨਹੀਂ ਤੁਰੋ 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 पहली बार काम च पे तगड़ी है तेन मेला पता ही नहीं मैं तरो तैयारी चल मैं एयरपोर्ट जाना मेरी खाला आंगे थे पैसे दबावे तू भी दान थर मैं भी दान थर थे लावे पैसे मोड़ो इस तरह कर 70 अस्सी काट लो बाकी मोड़ दे 70 थी तू थुतरा थे रे ओ तेनु ए माल दा नहीं पता ए तो यहां माल नहीं मैं नहीं पता यार नहीं पता तेनु क्यों नहीं पता मैं तेनु दसा नहीं चल तू की दसा मैं तेरे को पढ़ना माफी दे और मैं मार दे मैं दे दी गोदिया दी मैं माफिया मंदा दी ओए ओए काश मैनू पता होंदा मेरे तिन्ने हतीम बात जुते भी लुआती दुपट्टा भी सबर से कर लेना सी नहीं नहीं हां क्यों है तुसी
बंदे बना लेता है तोड़े मुंह तेरा अकल ठीक है तेरी ओए मेरी गल सुन बंदे ने बुलाई तल्ले बंदे ने चालू ही मैं अपने दादू को दे दिया तेरा तल्ले का नाल ही दिया दी जेड़ा लता नाम दे दिया मैं आप दे हेलो हेलो रात पीनिया हेलो हां हेलो इफी की गल है साहब तंबू ना लगन दे दरिया बिछा के अगे बोर्ड ला दे खबरदार आगे काम हो रहा नहीं हो लिया, नहीं हो लिया। तलीमा कैंसल कर दे तलीमा ना तरी कैंसल मैं तरह दी हलाल ऐ थीत नहीं ना एदा मैं ते थीत हां मसले मशहूर ने
ਸਹੀ ਤੇਰੇ ਮੂੰਹ 'ਚ ਪਾਣੀ ਆਉਂਦਾ ਆਪਣੀ ਥੇਤ ਵੇਖ ਆਪਣੇ ਥੋਤ ਵੇਖ ਵੇਖ ਤੂੰ ਕਿੰਨਾ ਦੌਰ ਲਾਇਆ ਸੀ ਸਿਹਤ ਵੇਖ ਤੇ ਸ਼ੌਕ ਵੇਖ ਉਹ ਤੂੰ ਆਪਣਾ ਵੇਲਾ ਟਵਾ ਤੂੰ ਮੇਰੇ ਕੋਲੋਂ ਲੈਂਡਰ ਪਵਾਉਣਾ ਏਦਾਂ ਵੀ ਆਪਣੇ ਹਤੀਮ ਤੇ ਮਾਣ ਨਾ ਕਰ ਇਹੋ ਜਿਹੀਆਂ ਵੀ ਜਾਂਦੀਆਂ ਹਕੀਮ ਕੋ ਇਹੋ ਜਿਹੀਆਂ ਕਿੱਥੇ ਜਾਂਦੀਆਂ ਇਹੋ ਜਿਹੀਆਂ ਉੱਥੇ ਜਾਂਦੀਆਂ ਜਿੱਥੇ ਤੂੰ ਥੱਜ ਤੇ ਆਣਾ ਇਹੋ ਜਿਹੀਆਂ ਇਹੋ ਜਿਹੀਆਂ ਤੇਰੀਆਂ ਭੈਣਾਂ ਹੁੰਦੀਆਂ ਇਹੋ ਜਿਹੀਆਂ ਦੱਸਾਂ ਹੁਣ ਇਹੋ ਜਿਹੀਆਂ ਤਿੰਨ ਹੁੰਦੀਆਂ ਤਿੰਨ ਹੁੰਦੀਆਂ ਇਹੋ ਜਿਹੀਆਂ ਦੀਆਂ ਭੈਣਾਂ ਹੁੰਦੀਆਂ ਨੇ ਇਹੋ ਜਿਹੀਆਂ ਦੀਆਂ ਭੈਣਾਂ ਇਹਨੂੰ ਤਮਾ ਤੇ ਲਿਆ ਤੇ ਥਾਂ ਥਾਂ ਨੱਦ ਨੱਦ ਤੇ ਇਹਦਾ ਧਿੱਦ ਭਰਦੀਆਂ ਨੇ ਇਹੋ ਜਿਹੀਆਂ ਦੱਸ ਵੇ ਇਹੋ ਜੀ ਤੇਰੀ ਦੱਸ ਆਪਣੀ ਭੈਣ ਦੀਆਂ ਤਵਾਲਤੀਆਂ ਦਾ ਤੂੰ ਕੱਟ ਲਈ ਹੋ ਭੈਣ ਦੀਆਂ ਇਹੋ ਜਿਹੀਆਂ ਦੱਸ ਇਹਨਾਂ ਨੂੰ ਤੇਰੀ ਭੈਣ ਕਿੱਥੇ ਕਿੱਥੇ ਜਾਂਦੀ ਇਹੋ ਜਿਹੀਆਂ ਦੱਸ ਇਹਨਾਂ ਨੂੰ ਤੇਰੀ ਭੈਣ ਤੇਰੇ ਤੇਰੇ ਤੋਲੇ ਤੇ ਨੱਤੀ ਹੈ ਵੇ ਦੱਸ ਇਹਨਾਂ ਨੂੰ ਤੇਰੀ ਭੈਣ ਸਟੇਜ ਤੇ ਨੱਚ ਤੇ ਤੈਨੂੰ ਤਮਾ ਤੇ ਦਿੰਦੀ ਹੈ ਵੇ ਦੱਸ ਇਹ ਤੂੰ ਭੈਣ ਦੀ ਵਜ੍ਹਾ ਨਾਲ ਦੱਦੀ 'ਚ ਬੈਠਾ ਹੈ ਵੇ ਦੱਸ ਇਹ ਤੂੰ ਭੈਣ ਦੀ ਵਜ੍ਹਾ ਨਾਲ ਤੋਥੀ ਲਈ ਹੂੰ ਵੇ ਦੱਸ ਇਹਨਾਂ ਨੂੰ ਤੇਰੀ ਭੈਣ ਦੇ ਕਿੱਥੇ ਕਿੱਥੇ ਵਾਤਫ ਨੇ ਦੱਸ ਤੂੰ ਬਣੀ ਜਾ ਭੈਣ ਤੈਨੂੰ ਪਤਾ ਨਹੀਂ ਇਹਨਾਂ ਕੱਪੜਿਆਂ 'ਚ ਕਿਹੜੀ ਚਵਲ ਫਸੀ ਇਹ ਆਪਣੀ ਆਪਣੀ ਲੜਾਈ ਦੇ ਵਿੱਚ ਮੇਰਾ 750 ਨਾ ਭੁੱਲ ਜਾਣਾ ਮੈਂ ਤੁਹਾਨੂੰ ਊਠ ਵੇਚ ਕੇ ਪੈਸੇ ਫੜਾਏ ਮੈਂ ਰੇਗਿਸਤਾਨ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਖਾਂਦਾ ਪਹੁੰਚਿਆ ਪੈਦਲ ਇੱਥੇ ਅੱਛਾ ਮੇਰੀ ਗੱਲ ਉੱਥੇ ਹੀ ਆ ਤੂੰ ਹੈਗਾ ਹੀ ਧੀ ਤੇ ਤੇਰੀ ਨਾਲ ਉੱਥੇ ਹੀ ਹੋਣੀ ਕਿਵੇਂ ਜੀ ਧੀ ਇਹਦਾ ਧੀ ਥੀ ਇਹਦੀ ਮਾਂ ਨੇ ਬੜੀ ਅੜੀ ਤਾਇਆ ਨਾ ਜੰਮੀ ਫੇਰ ਕੰਮ ਹੀ ਹੋਇਆ ਵੇ ਤੇ ਬੜੇ ਆਰਾਮ ਨਾਲ ਹੋ ਗਿਆ ਸੀ ਤੈਨੂੰ ਤਿੰਦ ਪਤਾ ਤੂੰ ਦਾਈ ਦਾ ਪੁੱਤਰ ਦਾਈ ਓਏ ਦੀ ਅੰਮੀ ਜਾ ਰਹੀ ਸੀ ਪਿੱਛੇ ਘਰ ਤੋਂ ਕਹਿੰਦੀ ਭੈਣ ਤੇਰੀ ਕੋਈ ਚੀਜ਼ ਡਿੱਗ ਪਈ ਏ ਤੇ ਸ਼ਾਪਰ ਬੈਗ ਡਿੱਗਾ ਉਹਦੇ 'ਚ ਵੀ ਬੈਠਾ ਸੀ ਫਿਰ ਇਹਨੂੰ ਚੁੱਕ ਆਇਆ ਕਰਕੇ ਫਿਰ ਐਵੇਂ ਬਕਵਾਸ ਕਰਦਾ ਉਹ ਬਕਵਾਸ ਕਰਦਾ ਕੀ ਉਹ ਮੇਰੀ ਅੰਮੀ ਦਾ ਹੋਇਆ ਰਸੌਲੀ ਦਾ ਆਪਰੇਸ਼ਨ ਤੇ ਨਾਲ ਮੈਂ ਵੀ ਲੱਗਾ ਸਾਂ ਹੋਰ ਅੱਜ ਕੋਈ ਗੱਲ ਅੱਛਾ ਇਹੋ ਜਿਹੀਆਂ ਕੁੜੀਆਂ ਨਾ ਭੈਣ ਦੀ ਗੱਲਾਂ ਤੇ ਦੱਸਦੀਆਂ ਇਹੋ ਜਿਹੀਆਂ ਕੁੜੀਆਂ ਚਿੰਗਚੀ ਰਕਸ਼ੇ ਨੂੰ ਵੇਖ ਕੇ ਖੁਸ਼ ਹੋ ਜਾਂਦੀਆਂ ਆ ਵਾਵਾ ਵੀ ਮੋਟਰਸਾਈਕਲ ਫਸਾਇਆ ਹੋਏ ਵੀ ਸਾਲੀਏ ਤੂੰ ਆਪਣਾ ਸੌਦਾ ਲੈ ਤੇ ਘਰ ਨੂੰ ਜਾ ਤੂੰ ਕੱਲ ਡਿਜ਼ਾਈਨ ਵੇਖਣ ਦੇ ਮੇਰੀ ਗੱਲ ਉੱਥੇ ਹੀ ਆ ਇਹੋ ਜਿਹੀਆਂ ਜਾਂਦੀਆਂ ਹਕੀਮ ਕੋਲ ਹਕੀਮ ਸਾਹਿਬ ਆ ਕੋਈ ਬੰਦਾ ਠੀਕ ਹੋਇਆ ਉਹਦਾ ਨੰਬਰ ਹੀ ਦੇ ਦਿਓ ਕੁਛ ਖਾਣਾ ਪੀਣਾ ਜੇ ਕੀ ਮੱਛੀ ਮੱਛੀ ਤੇ ਮੈਂ ਲੈ ਆਇਆ ਲੇਕਿਨ ਹੈ ਥੋੜੀ ਜੀ ਚਲੋ ਇੰਜ ਕਰਦੇ ਥੋੜੀ ਥੋੜੀ ਮਿਲ ਕੇ ਖਾ ਲਾਂਗੇ ਜਾਂ ਫਿਰ ਖਾ ਕੇ ਮਿਲ ਲਾਂਗੇ ਓਏ ਤਮੀਰ ਨਾਲ ਲਾਲ ਦਰੀ ਮੇ ਨਾਲ ਅਰਬੀ ਬੰਨ ਦਿੱਤੇ ਹੋ ਫਿਰਦੇ ਪਏ ਹੋ ਤੀ ਇੱਧਰ ਦੀ ਵੇਖੋ ਇਹੋ ਜਿਹੀ ਔਰਤਾਂ ਮਰੱਬਾ ਵੀ ਪਰਸ 'ਚ ਰੱਖਦੀਆਂ ਅਗਲੇ ਨੂੰ ਪੁੱਛਦੀਆਂ ਕਾਕਾ ਦਿਲ ਤੇ ਨਹੀਂ ਘਬਰਾਉਂਦੇ ਆ ਅੱਛਾ ਇਹੋ ਜਿਹੀ ਕੁੜੀਆਂ ਸੜਕ ਤੇ ਜਾਂਦੀਆਂ ਜਾਂਦੀਆਂ ਡਿੱਗ ਪੈਂਦੀਆਂ ਨੇ ਉਹੀ ਮੁੰਡਾ ਨੀ ਜਿਹਨੂੰ ਮਾਸਟਰ ਸਭ ਤੋਂ ਲੇਟ ਛੁੱਟੀ ਦਿੰਦਾ ਸੀ ਅਸਲਾਮ ਅਲੈਕੁਮ ਰਹਿਮਤੁਲਾਹਿ ਵਬਰਕਾਤੁ ਯੇ ਸ਼ੇਖ ਨਾਨ ਬਿਨ ਫਨਾਨ ਅਲ ਅਲਾਮਤ ਅਲ ਪਾਕਿਸਤਾਨ ਅਲ ਅਲ ਪਾਕਿਸਤਾਨ ਖੁਸ਼ਗਵਾਰ ਅਲ ਮਾਹੌਲ ਅਲ ਕੁਲ ਅਲ ਮੁਲਕ ਅਲ ਕੌਮ ਅਲ ਪਾਕਿਸਤਾਨ ਅਲ ਖੂਬਸੂਰਤ ਅਲ ਕੰਟਰੀ ਅਲ ਨਾਮ ਅਲ ਮਮੂਲ ਅਲ ਮੁਲਕ ਅਲ ਮੁਲਕ ਅਲ ਬਹਾਦਰ ਅਲ ਕੌਮ ਅਲ ਅਮਦ ਅਲ ਪਾਕਿਸਤਾਨ الباكستانيين والمسلمين للخوش عمديده لهمسات للملك للقبيط للمسكت للدبي للشارجة ولنام على اسم الشهداء والاسم الشهداء للمالك للمكان الزوجة الهلال للرشادي وللهفت الدركارة وللزبان للتوت اليملة رقم للخرابة يا شيخ تتاري تانو الفي عالدي پہلے تانو تاتے پہلے دبائی دادے ہون تھی اتران دے
نام الله لقلت القبط شني ده على زوجة الله حلالة ولا شني بل نفت الله لقبط قوة بلا يا شيخ الله السلام عليكم ورحمة الله بلا مقامة ولا فازية المقصد اللي بيانا للباكستان المسقط الدبي للقويت الشارجة آمين ओ यार मेरी अम्मी बीमार ओदे लिए भी कर दे दसो मेरे को दुआ करान ने ए मेनू मुर्शिद आले इधर समझन ने ना हम हाजा पछाड़िया तू ना मले शनाख्त आई है शेख वाला अपना आ गया अशरफ पीपे वाला तू मतरा ओ कमजोर हूं बगारत तो तू बाहर जाने दो जाने दो मुझे जाना है वादा जो दिया है वो निभाना है सारे गाने याद ने जो ना दाद उन तामी है था दा क्या चाहती हो ओही आ जाओ ठीक हूँ डार्लिंग क्या हुआ मैम डार्लिंग मुझे माफ कर दो क्या हुआ मैंने शादी कर ली नहीं नहीं तो ना से तुमने शादी कर ली मुझे बताया नहीं सॉरी यार तुम्हें पता है तुमसे कितना प्यार करती हूँ मैं जानता हूँ अब क्या होगा होना क्या मैं उसे तलाक दे दूंगा नहीं क्यों मार देगा तू उन तलाक नहीं दे सकता वजह क्यों मैं सुन रहा तू तलाक देती 4 करोड़ तेरा अब्बा फैसला बाद तो आके देगा 4 करोड़ नु असि चटना क्यों जो मेरे नाल होण दी मैं जानना मेरा अल्लाह जानदा इसी तक मंजी दे पावे थले हाथ दे के 1.5 घंटा उत्ते बैठी रहंदी मैं कहना जानू तकलीफ होंदी कहंदी दानू तुत नहीं हुंदा तुत नहीं हुंदा मैं कुछ नहीं हुंदा हर 5 मिनट बाद कहंदी उठो तातून लाओ अच्छा हुआ तुमने बदल थाना कहंदी बदल थाना मैं इना बदल कित्थों लै गया ओदे वास्ते बर्गर कहंदी अच्छा अच्छा हुआ तुमने मेरा दिल दुखाया तुमने उसकी सजा दे दी तू दिल से पट्टी करा ले आराम से बैठे हुए हमको कहा है चल नहीं दफा करा की टेंशन लेनी है मैं लड़ाइयों में टाइम जाया करना चल माफ कर दे कोई बड़ी गल नहीं है नहीं नहीं माफ करना क्यों इसको पता ही नहीं प्यार क्या होता है क्यों मैं मस्त हूं चल दस दे सब प्यार बताओ फिर प्यार के टाइम में भी होश हो जाती बताओ प्यार है ये होता है कि सुबह सुबह बच्चे को उठाओ उसको कंघी करो नहलाओ उसके बाद चुम्मी करो उसके बाद स्कूल छोड़ के आओ प्यार बिरयानी खाने बस कर दे डुब के मर गई सी बेवकूफ सी कच्चा कड़ा ले गई तू सलवार फूक भर के छाल मार टाइम ना पहुंच जा खाना खराब होता है पता क्या मतलब दिन तो बाद केड़ी शॉपिंग खुलनी शुक्र करो असे और दुनिया ते वहां अल्लाह दा शुक्र कर खाना खराब दी पुत्रे तू गल उस वे गलत करनी जो सामने कैमरे लगे बुढ़िया की वजह तो अज तेरी बुढ़ी की वजह तो खाना खराब दी बड़े तरीके ना कर दी अल्लाह मेरे बंदे ने तू दे दे मापे ले लांगी आमीन
खाना खराब हो पोटा कलेजी पहले आप कट के खा जांदी आ जन्नत जेडी मां दे पैरां थले रखी है ते हर औरत मां नहीं हुंदी। हाँ वही होती है जिन्हों मर्द स्पॉन्सरशिप देंदा। जे औरत स्पॉन्सरशिप ना कबूल करे तो तुसी स्टोर आ तो बच्चे ले के आने ने। जे मर्द स्पॉन्सरशिप ना दे तो औरत की करे? तुसी बच्चे तानू चाहिए देने। सानू तानू भी चाहिए देने। तुसी की दुनिया देते सिर्फ जुतियां पाना ही है। बच्चे के तो स्टोर तो लेने। अल्लाह को रहम मांग जो अल्लाह ने सिस्टम बनाया हो तो ठीक है। ਸਟੋਰਾਂ ਤੋਂ ਬੱਚੇ ਮਿਲ ਜਾਣ ਅੰਨੇ ਕਾਣੇ ਲੰਗੜੇ ਬੱਚੇ ਕੋ ਲਵੇ ਹੀ ਨਾ ਓਏ ਹੋਏ ਹਰ ਬੰਦਾ ਜਾ ਕੇ ਵੇ ਭਾਜੀ ਆ 500 ਦੇ ਚਿੱਟੇ ਚਿੱਟੇ ਪਾ ਦਿਓ ਜ਼ਰਾ ਓਏ ਯਾਰ ਆ ਕਾਲਾ ਬੱਚਾ ਨਾ ਪਾਓ ਤੇ ਰੱਖ ਭਾਈ ਤੂੰ ਕੱਲ ਵੀ ਮੋਟਾ ਜਿਹਾ ਬੱਚਾ ਪਾਤਾ ਇੱਕੋ ਬੱਚਾ ਚੜਿਆ ਅਸੇ ਜੰਨਤ ਦੀਆਂ ਚਿੜੀਆਂ ਵਾ ਤੁਸੀਂ ਦੋਜ਼ਖ ਦੀਆਂ ਵੈਗ ਨਾ ਹੋ बंदे थ्रू थ्रू के दो सक चले जाने ने। चलो भाई चलो नौ नंबर वाले चलो भाई चलो क्या चलो जन्नत सानू मिलनी है साडे कर्मा दी वजह तो ना जन्नत मिलनी है सिर्फ बंदे नु अल्लाह ताला तन्नू भी मिलेगी अल्लाह माफ करे ये नहीं कि तन्नू नहीं मिलनी जन्नत तन्नू भी मिलनी है लेकिन जो अल्लाह ताला ने रुतबा बंदे दा रख देता ना सानू जाके जन्नत दा माहौल बना जी मिलना अल्लाह ताला ने सानू क्या किया मेरे बंदे तू ये ऊपर जाके 70-70 हूरे मिलेगी हां ते हूरा सानू कोई नवीं नहीं मिलनी है अल्लाह ने तुहाडी टेंडिंग पेंडिंग कर दी ਕਿਸਦਾ ਨੱਕ ਪਤਰਾ ਕਰ ਦੇਣਾ ਕਿਸੇ ਕੰਨ ਪਤਰੇ ਕਰ ਦੇਣੇ ਕਿਸੇ ਵਾਲ ਵਾਟੇ ਕਰ ਦੇਣੇ ਨੇ ਉੱਤੇ ਜਾ ਕੇ ਸਾਡੀਆਂ ਬੰਦੀਆਂ ਨੇ ਕੀ ਮੌਜਣੇ ਦੁੱਧ ਦੀਆਂ ਨਹਿਰਾਂ ਆਣੀਆਂ ਖਜੂਰ ਦਾ ਦਰਖਤ ਹੋ ਗਿਆ ਜੇ ਕਰਕੇ ਥੱਕ ਛੋਟਾ ਜਿਹਾ ਵਿਸ਼ਾ ਹੈਗਾ ਬੋਰੀ ਦਾ ਨਾਲ ਪਾਣੀ ਛਿੜਕਿਆ ਹੈਗਾ ਥੋੜਾ ਜਿਹਾ ਫਲ ਪਿਆ ਉੱਧਰ ਖਜੂਰਾਂ ਪਈਆਂ ਆਉਣਗੀਆਂ ਨਾਲ ਅੰਗੂਰਾਂ ਦਾ ਜੂਸ ਪਿਆ ਹੋਇਆ ਸਿਰ ਵੀ ਲਿਬਾਸ ਪਾ ਕੇ ਸਿਰ ਤੇ ਪੀੜੀ ਠੋਕ ਕੇ ਹੱਥਾਂ 'ਚ ਵੀਹਾਂ ਵਾਲੀ ਕਾਪੀ ਫੜ ਕੇ ਬੈਠੇ ਹੋਵਾਂਗੇ ਤੇ ਤੁਸੀਂ ਲੰਮੇ ਫਰਾਕ ਪਾ ਕੇ ਹੂਰਾ ਬਣ ਕੇ ਮੋਟੀ ਮੋਟੀ ਅੱਖ ਪਿੰਕ ਜੀ ਤੁਹਾਡੀ ਲਿਪਸਟਿਕ ਲੱਗੀ ਹੋਏਗੀ ਹੱਥਾਂ 'ਚ ਕਾਹਵੇ ਫੜ ਕੇ ਤੁਸੀਂ ਉੱਥੇ ਵੀ ਸਾਡੇ ਸਾਹਮਣੇ ਰਕਸ ਕਰੋਗੀਆਂ ਹਬੀਬੀ 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 ਕਾਹਵਾ ਪੀ ਲੈ ਤੇਰੀ ਚਾਨਕ ਬਣਾਣੀ ਹੈ ਮੈਂ ਉਹਨਾਂ ਕੁੜੀਆਂ ਕੋਲ ਬੈਠ ਕੇ ਯੂਨੀਅਨ ਬਣਾਣੀ ਹੈ ਮੈਂ ਉਹ ਸਾਰੀਆਂ ਔਰਤਾਂ ਇਕੱਠੀਆਂ ਕਰਨੀਆਂ ਜਿਨ੍ਹਾਂ ਨੂੰ ਤੂੰ ਬੇਵਫਾਈ ਕੀਤੀ ਹੈ ਬੇਈਮਾਨੀ ਕੀਤੀ ਹੈ ਤੂੰ ਵੇਖ ਮੈਂ ਔਰਤਾਂ ਲੈ ਕੇ ਆਂਦੀ ਚੱਲ ਨੀ ਤੂੰ ਮੋਬਾਈਲ ਕਿਉਂ ਨਹੀਂ ਲੈਂਦੀ ਏ ਬਾਹਰ ਕੁੜੀ ਏ ਜਿਹਨੇ ਵੈਗਨ ਚ ਸਿਮ ਪੁਆਈ ਬੋਲਦਾ ਫੋਨ ਨਹੀਂ ਆਇਆ ਨਿਊ ਹਾਂ ਆ ਗਿਆ ਲੇਟੈਸਟ ਸੌਣ ਕੀ ਬੈਲ ਕੋਈ ਹੋਈ ਹੈ ਸੁਣ ਸੋਣਾ ਹਲੇ ਜੇਤੀ ਜੋ ਕਿਹਾ ਕਰ ਕਿਉਂ ਮੈਂ ਕਿਹਾ ਹੁਣ ਲਾਲੋ ਲਾਲ ਹੋ ਗਿਆ ਆ ਗਈ ਹੋਰ ਮੈਂ ਪੀਲੀ ਹੋ ਜਾ ਐਸਰਾ ਗੱਲ ਕਰੋ ਓਏ ਬੇਸ਼ਰਮ ਆਦਮੀ ਕਟਿਆ ਇਨਸਾਨ ਤੇਰੇ ਘਰ ਮਾਂ ਪੈਣ ਕੋਈ ਨਹੀਂ ਹੋਏ ਮੈਂ ਕੱਲਾ ਹੀ ਰਹਿਣਾ ਕੰਦਾ ਮੈਂ ਕੱਲਾ ਰਹਿਣਾ ਵੇ ਤੂੰ ਕੱਲਾ ਰਹਿਣਾ ਤੇਰੀ ਮਾਂ ਨੇ ਕੋ ਨਵਾਂ ਵਿਆਹ ਕਰਕਾ ਲਿਆ ਬਗੈਰਤਾ ਵੇ ਤੇਰੀ ਭੈਣ ਦਾ ਆਪਰੇਸ਼ਨ ਹੈ ਤੇਰੀ ਮਾਂ ਮਰੇ ਖਾਨਾ ਖਰਾਬਾ ਤੇਰੀ ਨਾਨੀ ਦਾ ਵੱਡਾ ਆਪਰੇਸ਼ਨ ਹੋਵੇ ਟਰੱਕ ਥੱਲੇ ਆਵੇ ਤੇਰਾ ਕੁੱਤੇ ਵਰਗਾ ਹਾਲ ਹੋਵੇ ਔਂਤਰੀ ਮਾਂ ਦੇ ਕੁੱਤੇ ਆ ਬੱਚਿਆ ਵੇ ਜ਼ਰਦ ਕੰਨਾ ਲਿਆ ਵੇ ਬਗੈਰਤਾ ਦੇ ਕੰਜਰ ਦੇ ਬੱਚੇ ਵੇ ਭੌਂਕਦਾ ਕਿਉਂ ਨਹੀਂ ਵੇ ਬਕਵਾਸ ਕਰ ਵੇ ਕਿਸੇ ਆਵਾਰਾ ਡੈਨ ਦੇ ਬੱਚਿਆ ਵੇ ਤੇਰਾ ਸਾਹ ਕਿਉਂ ਬੰਦ ਹੋ ਗਿਆ ਬੋਲ ਸੋਹਣਿਆ ਸੌਰੀ ਰੌਂਗ ਨੰਬਰ ਐ ਜੇ ਔਰਤ ਮੈਂ ਕਹਿੰਦੀ ਮੈਂ ਔਰਤਾਂ ਲੈ ਕੇ ਆਈ ਚੱਲ ਇਹ ਚਲੇ ਖਾਣਾ ਖਰਾਬਾ ਸਾਰੀਆਂ ਔਰਤਾਂ ਕੱਟਣਾ ਨਹੀਂ ਮੈਂ ਔਰਤਾਂ ਲੈ Thank you.
ਤੇ ਪਤਾ ਨਹੀਂ ਤੇਰੀ ਭੈਣ ਦੇ ਕੱਪੜੇ ਪਾ ਲੈ ਡਾਂਸ ਤੋਂ ਹੀ ਹਟਣ ਦੇ ਆ। ਮੇਰਾ ਦਿਲ ਕਰਨ ਦਿਆ ਮੈਂ ਕੋਠੇ ਟੱਪਾ, ਪਤਾ ਨਹੀਂ ਕਿਹੋ ਜਿਹੇ ਕੱਪੜੇ ਪਵਾਤੇ ਨੇ ਮੈਨੂੰ ਤੇ ਮੇਰੇ ਕੋਲੋਂ ਤੇ ਪੁੱਛ। ਮੇਰਾ ਦਿਲ ਕਰਦਾ ਮੈਂ ਬੱਚੇ ਹੀ ਜੰਮੀ ਜਾਵਾਂ। ਉਹ ਕਿਉਂ ਐ ਬੁਰਖਾ ਤੇਰੀ ਅੰਮੀ ਦਾ ਹੀ। ਵੈਸੇ ਆਪਸ ਦੀ ਗੱਲ ਹੈ, ਅੱਜ ਅਸੀਂ ਔਰਤਾਂ ਬਣੀਆਂ ਵਾ ਨਾ ਤੇ ਸਾਨੂੰ ਪਤਾ ਲੱਗਿਆ ਕਿ ਔਰਤਾਂ ਵੈਸੇ ਕਿੰਨੇ ਮੁਸ਼ਕਲ ਚ ਤੇ ਕਿੰਨੇ ਪ੍ਰੋਬਲਮ ਚ ਬੈਗ ਨਾਲ ਸਫ਼ਰ ਕਰਦੀਆਂ। ਕੀ ਹੋਇਆ? ਇਹ ਡਰਾਈਵਰ ਬੜੇ ਨਾ ਮੁਰਾਦ ਨੂੰ ਕਿਸੇ ਹੋਇਆ ਕੀ? ਅੱਜ ਮੈਂ ਅੱਗੇ ਬਹਿ ਗਈ ਹਾਂ, ਅੰਤਰ ਜਾਣਾ ਗੇਅਰ ਵੀ ਪੁੱਠੇ ਸਿੱਧੇ ਲਾਈ ਜਾਣ ਗਿਆ। ਗੱਲਾਂ ਹੀ ਬੜੀ ਅਜੀਬ ਕਰ ਰਿਹਾ ਸੀ। ਲੱਖ ਰੁਪਏ ਦੀ ਕਮੇਟੀ ਨਿਕਲੀ ਹੈ, 50,000 ਤੁਹਾਨੂੰ ਦੇ ਦਿਆ। ਉਹਨੇ ਪਹਿਲਾ ਗੇਅਰ ਵੀ ਇੱਧਰ ਲਾਇਆ, ਚੌਥਾ ਵੀ ਉਹਨੇ ਇੱਧਰ ਹੀ ਲਾਇਆ। ਉਹ ਤੇ ਉਦੋਂ ਮੁੜਿਆ ਜਦੋਂ ਗੇਅਰ ਤੇ ਗੇਅਰ ਵਜਿਆ। ਫਿਰ ਨਾਲ ਹੀ ਕਹਿਣ ਲੱਗ ਪਿਆ ਕਿ ਆਟਾ ਬੜਾ ਮਹਿੰਗਾ ਹੋ ਗਿਆ। ਮੈਂ ਕਿਹਾ ਮਰ ਜਾਣਿਆ ਮੈਂ ਕੀਤਾ। ਤੇ ਜਿਹੜੀ ਮੇਰੇ ਨਾਲ ਹੋਈ? ਤੇਰੇ ਨਾਲ ਕੀ ਹੋਈ? ਉਹ ਇੱਕ ਬੰਦਾ ਮੈਨੂੰ 20 ਰੁਪਏ ਦੇ ਕੇ ਕਹਿੰਦਾ ਮੈਨੂੰ 20 ਗਾਣੇ ਸੁਣਾ। ਫਿਰ ਮੈਂ ਉਹਨੂੰ 10 ਗਾਣੇ ਸੁਣਾਏ। ਹਾਂ ਬਾ, ਫਿਰ ਉਹਨੇ ਬੰਨ ਲਈਆਂ ਮੇਰੀਆਂ ਲੱਤਾਂ ਬਾਹਾਂ, ਉਹਨੇ ਲਾਏ ਫਿਰ ਮੈਨੂੰ ਸਿਗਰਟ। ਸਹੇਲੀ ਮੇਰੀ ਗੱਲ ਸੁਣ, ਹੁਣ ਅਸੀਂ ਬਣਾਂਗੀਆਂ ਇੱਥੇ ਮਿਸ ਵਰਲਡ। ਹਾਂ ਅਸੀਂ ਬਣਨਾ ਮਿਸ ਵਰਲਡ ਹੈ? ਹਾਂ ਠੀਕ ਹੈ। ਔਰ ਤਾਂ ਭਲਾ ਉਹ ਕਿਵੇਂ? ਤੈਨੂੰ ਨੀ ਪਤਾ ਕਿਵੇਂ ਲਿਆਉਣਾ ਬਲਾ ਜ਼ਰਾ। ਜਮੀਲ ਦੇ ਅੱਬੂ ਵੇਖੋ ਕੀ ਕਹਿਣ ਡਈ। ਟਾਈਮ ਨਾਲ ਤੁਸੀਂ ਖਰਚਾ ਦੇਵੋ ਤੇ ਮੈਨੂੰ ਇਹ ਮਰਨਾ ਕਰਟਾ ਕਦੀ ਵੀ ਨਾ ਕਰਨਾ ਪਵੇ ਇੱਥੇ। ਹਾਂ ਮੈਂ ਮਰ ਗਈ, ਮੈਂ ਤਾਂ 3 ਬੱਚੇ ਇੰਜ ਹੀ ਇੱਧਰ ਉੱਧਰ ਕਰ ਲੈਣੇ ਆਪਣੇ। ਇਹਨਾਂ ਨੂੰ ਕੁਛ ਨਾ ਕਹਿ, ਮੇਰੇ ਦੋਵਾਂ ਬੱਚਿਆਂ ਦੇ ਵੀ ਮੈਂ ਪਰਚੇ ਇਹਦੇ ਤੇ ਕਰਾਏ। ਬੁਲਾ। ਕਿਵੇਂ ਬੁਲਾਵਾਂ? ਉਹ ਬੁਲਾ ਲੈ। ਉਹ ਕਿਵੇਂ? ਔਰ ਤਾਂ ਬੁਲਾ ਲੈ ਸਿੱਧਾ ਹੀ। ਕਿਵੇਂ ਬੁਲਾਵਾਂ? ਮਾਰੇ ਮਾਰ ਚੱਲ। ਆਪਣਾ ਹਮਾਰੀ ਮੰਗੇ ਪੂਰੀ ਕਰੋ, ਹਮਾਰੇ ਮੁਤਾਬੇ ਪੂਰੇ ਕਰੋ, ਹਮਾਰੀ ਮੰਗੇ ਪੂਰੀ ਕਰੋ। ਢੇਰੀ ਦਾ ਹੀ ਸੌਦਾ ਹੋਣਾ ਕਰੋ, ਮਰ ਜਾਣੇ ਆ। ਨਹੀਂ ਚੁੱਪ ਕਰਕੇ ਖਲੋ ਜਾਓ। ਨਹੀਂ ਇੱਥੇ ਚੁੱਪ ਕਰ ਜਾ, ਨਹੀਂ ਵੇ ਲੱਗਦਾ ਜਿਵੇਂ ਸੱਪ ਇਸਤਰੀ ਕੀਤਾ। ਹਮਾਰੇ ਮੁਤਾਬੇ ਪੂਰੇ ਕਰੋ, ਨਹੀਂ ਤੇ ਇਹ ਔਰਤ ਮੇਰੇ ਤੋਂ ਪਰੇ ਕਰੋ। ਛਾਪਾ ਪਿਆ ਮੈਨੂੰ ਰੱਖਣਾ ਰੱਖ, ਮੈਨੂੰ ਛੱਡਣਾ ਛੱਡ। ਹਸਪਤਾਲ ਦਾ ਖਰਚਾ ਤੇ ਦੇ। ਅੱਛਾ ਔਰਤ ਦੇ ਚੱਕਰ ਚ ਨਾ ਰਹੀ। 100 ਮਰਦ 100 ਔਰਤ ਹੁੰਦੀ। ਹਸਪਤਾਲ ਦਾ ਖਰਚਾ ਦੇਣਾ ਕਿ ਮੈਂ ਕੱਲੀ ਕਿਤੇ ਜ਼ੋਰ ਜ਼ੋਰ ਲਾ ਲਾ। ਨਾ ਕਰ ਨਾ ਕਰ, ਬੜੀ ਮਸੂਰ ਨਾ ਕਰ ਨਾ ਕਰ। ਉੱਠ ਚੱਲੀ ਉੱਠ। ਓਏ ਪਰੇ ਲੋਕ, ਮੈਂ ਪਹਿਲੇ ਜਰਾ ਇਹਨੂੰ ਠੰਡਿਆ ਕਰ ਲੈ। ਕੀ ਕਰ? ਚੱਲ ਬਹਿ ਜਾ, ਤੂੰ ਜਿਹੜਾ ਇਸ ਸਕੂਲ ਬਣਾਇਆ। ਹਾਂ ਦੱਸ। ਇਹ ਹਸਪਤਾਲ ਦਾ ਖਰਚਾ ਨਹੀਂ ਦੇਣਾ, ਮੈਨੂੰ 40 ਰੁਪਈਏ ਦੇ ਦੇ, ਮੈਂ ਮਹੱਲੇ ਚੋਂ ਹੀ ਕੇਸ ਕਰਾ ਲਾਂ। ਯਾਰ ਮੇਰੇ ਐਵੇਂ ਵੀ ਜਿਵੇਂ ਥੱਲੇ ਖਲੋ ਕੇ ਤੀਸਰੀ ਬਿਲਡਿੰਗ ਤੇ ਆਵਾਜ਼ ਦਈ ਨਾ, ਉਹ ਉੱਤੋਂ ਇਹੋ ਜਿਹਾ ਮੂੰਹ ਆਉਂਦਾ, ਕੀ ਗੱਲ ਆ? ਇਹਨਾਂ ਦਾ ਮੁਤਾਲਬੇ ਸੁਣ, ਆਪਣਾ ਦੱਸੋ ਨੀ ਤੁਹਾਨੂੰ ਕੀ ਕੀ ਪ੍ਰੋਬਲਮ। ਇਹਨੂੰ ਨਾ ਬਿਠਾਓ, ਕਿਉਂ ਕੀ ਹੋਇਆ? ਇਹ ਮੇਰੇ ਵਿੱਚ ਹੀ ਨਾ ਵੜ ਜੇ ਨਾ।
ਆਪਣਾ ਚੱਲ ਨਹੀਂ ਸਹੀ ਦੱਸ ਤੂੰ ਆਪਣੀ ਚੱਲ ਬਾਜੀ ਸੜਕੇ ਬੁਝੀ ਹੋਈ ਚੱਲ ਦੱਸ ਤਾ ਮੇਰੇ ਕੋਲ ਪੱਲਾ ਹਾਂ ਆਪਣੀ ਪ੍ਰੋਬਲਮ ਦੱਸ ਤੂੰ ਬਗਲਾ ਨਾਲ ਲਵਾ ਇੱਥੇ ਇਹ ਕੀ ਕੀ ਹੈ ਉਫ ਅੱਲਾ ਖਬਰਦਾਰ ਸਾਡੇ ਅੱਲਾ ਦਾ ਨਾਂ ਨਾ ਲਈ ਮੂੰਹ ਤੇਰਾ ਮੁਸਲਮਾਨਾਂ ਦੇ ਖਿਲਾਫ ਚੱਲ ਗੱਲ ਕਰ ਮੈਨੂੰ ਤਲਾਕ ਹੋ ਗਈ ਏ ਓਏ ਵਜ੍ਹਾ ਕੀ ਬਣੀ ਮੇਰਾ ਬੰਦਾ ਮੇਰੇ ਤੇ ਸ਼ੱਕ ਕਰਦਾ ਸੀ ਅੱਲਾ ਤੇਰੇ ਤੇ ਮੇਰੀ ਤੋਬਾ ਹਾਏ ਤੇਰੇ ਤੇ ਸ਼ੱਕ ਕਰਦਾ ਸੀ ਤੂੰ ਘਰ ਦੇ ਚੂਹੇ ਨਾਲ ਫਸੀ ਸਾਰੀ ਮਰ ਜਾਣੀ ਏ ਤੇਰਾ ਰਿਸਕ ਕਿੰਨੇ ਲੈਣੇ ਕੌੜੀ ਦਵਾਈ ਜੀ तलाक नहीं मैनू पता क्यों तलाक हुई क्यों एदा बंदा कहिंदा मदारी दा बांदर तैनू सलाम क्यों करदा बिलकुल झूठ सोहनी कुड़ी पा लेनी सी सालिया जो लिया ओही पाया सी ते केड़ी औरत जिहड़ी नाल सालिया भी कहिंदी अच्छा गल सुन तानू की पता किड़ी खूबसूरत औरत राती सुत्री सुती पई मच्छर आ गया मच्छर दे लग गया कहिंदा कू इन्हें अखां खोलियां मच्छर कहिंदा अम्मी तू राती सारे महल्ले दे बच्चे इकट्ठे करके उन्हां नूं रुपया रुपया दे के कहिंदी मैनूं कुम कुम कहो औरत एक अद्धा बच्चा मस्त जरूर जमदी हुंदी खर्चा मिलदा वे फट जाए चुप कर जा कला कला तेरा बंदा तेरी सेहत तो लगता तू अगे भी पंजी तीह सेंट कर बैठी ਚੱਲ ਬਾਜੀ ਤੂੰ ਛੱਡ ਚੱਲ ਮਾਸ਼ਾਅੱਲਾ ਕਿੰਨੀ ਸਿਹਤ ਵੇਖੋ ਕੱਲ ਮੈਂ ਨਾ ਬਾਜ਼ਾਰ ਗਈ ਉੱਥੇ ਇੱਕ ਬੰਦਾ ਰਿਛ ਨਚਾਉਣ ਡਿਆ ਮੈਂ ਪੁੱਛਿਆ ਮੈਂ ਕਿਹਾ ਭਾਈ ਰਿਛ ਕਿੰਨੇ ਦਾ ਲਿਆ ਉਹ ਮੈਨੂੰ ਕਹਿੰਦਾ ਤੂੰ ਕਿੰਨੇ ਦਾ ਲਿਆ ਤੂੰ ਦੱਸ ਬੜਾ ਤੇਰਾ ਸਸਤੇ ਬੇਕਬਰ ਕਾ ਮੂੰਹ ਬੋਲ ਅਸੇ ਇਹੋ ਜੀ ਔਰਤ ਆਪਣੇ ਖਾਬ ਦੇ ਕੰਨ ਚ ਗੱਲ ਦਾ ਸੱਲ ਕੇ ਘਾਰ ਮਾਰ ਦਿੰਦੀ ਉਹ ਇਸੇ ਗੱਲ ਤੋਂ ਤਲਾਕ ਦੇ ਦਿੰਦਾ ਇਹ ਚੱਲ ਹੀ ਦੱਸ ਇਧਰ ਦੇਖੋ ਇਹੋ ਜਿਹੀ ਔਰਤ ਥਾਣੇ ਲਾਉਣ ਨਾਲ ਬਹਿਸ ਪੈਂਦੀ ਭਾਇਆ ਨਾ ਇਸ ਬੰਦੇ ਨੂੰ ਤੇ ਸਜ਼ਾ ਹੋ ਜਾਣੀ ਮੇਰੇ ਪੈਸੇ ਤੇ ਦਵਾ ਦਿਓ ਇਹਦਾ ਨੱਕ ਵੇਖੋ ਕਿੱਡਾ ਤਿੱਖਾ ਵਿਆਹ ਵਾਲੇ ਦਿਨ ਆਪਣਾ ਬੰਦਾ ਹੀ ਮਾਰ ਲਿਆ ਇਹਨੇ ਕਿਵੇਂ ਉਹਨੇ ਘੁੰਡ ਚੁੱਕਿਆ ਉਹਨੂੰ ਕਹਿੰਦੀ ਜਾਨੂ ਆਈ ਲਵ ਯੂ ਉਹਦੀ ਸਾਰਾ ਕੀ ਵੱਡੀ ਗਈ ਮਸਲਾ ਦੱਸੋ ਬਸ ਮੈਨੂੰ ਤਾਂ ਮਰਦ ਜਾਤ ਕੋਲ ਹੈ ਹੀ ਨਫ਼ਰਤ ਆ ਕਿਉਂ ਮੈਨੂੰ ਤਾਂ ਮਰਦ ਜਾਤ ਕੋਲ ਹੈ ਹੀ ਨਫ਼ਰਤ ਆ मर्द जात को ते नफरत है या मंगल सूत्र के बांदर दा पाया ही मेरा हो या हां फिर मेरा हो या मेरा बंदा मुंह ले गया पहाड़ा ते अच्छा ओथे ले जाके मेरे लक दा कोड़े मारे ने कोड़े ए केड़ा जुल्म है वाह
तेरे पहले ऑपरेशन का आराम नहीं आया बगैर ते अगों होर नहीं जुलम तो फिर होगा ना कि पहाड़ा ते भी ले जावे ते कोड़े भी ना मारे बिल्कुल सही शायद और कोई कोड़ा ना हो फिर तुसी किवें होए हो इसेली बाजी हाँ जी ठहर जा नहीं बाजी मरनी है तेरे किने बच्चे ने ए, मेरे कत्ती बाजी मैं बच्चे पूछे बंदे नहीं पूछे बच्चे जमी जाते फोटो लुआई जाते एक दी त्यों लगी तेरे बच्चों के तेरे बंदे ये तू दस मरिया किस तरह मेनू की पता सी भी उन्हें मारी जाना अंतर जाना मेरा बंदा भी नाम रात ही है रात ही मैनू कहना साल है मैं नहीं आता कहना हल है समोसे ला ला चावल सहरी वाले ला के बह गए भाई उसने तेरी बेबे ने अवतार कर ला आप शमशाद मैं तेरा लिहाज कर रहा लोगों का दरवाजा क्या मूह ना घुग भी जाए खुल गया इधर वेखो सहेली रात अपने बंदे कह रही थी चलो यार खून चूसने चले सहेली तेरे पैरों की दर्द होंगी नहीं 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 तेरे पैरों ने गोलियां को पाई कदों गोलियां पाई मर जाए पसेब ही नहीं सहेली तू दस तू बड़ी कमजोर है मैं दंदियां कटन गई गरीब आदमी
ਤੈਨੂੰ ਦੇ ਦੇਣਾ। ਹਰ ਬੰਦਾ ਇਮਰਾਨ ਖਾਨ ਬਣ ਗਿਆ। ਉਹ ਨਹੀਂ ਯਾਰ, ਉਹ ਮਰੀਦਕੇ ਵਾਲੀ ਬੜੀ ਤਗੜੀ ਸੀ, ਇੱਥੇ ਗੋਡਾ ਮਾਰ ਕੇ ਖਾਂਦੇ। ਮੈਨੂੰ ਪਤਾ ਕੀ ਪਤਾ ਹੈ? ਮੈਨੂੰ ਪਤਾ ਤੁਸੀਂ ਮੇਰੇ ਨਾਲ ਝੂਠ ਬੋਲਦੇ ਪਏ ਹੋ। ਅੱਲਾ ਦੀ ਕਸਮ, ਮੈਂ ਕੋਈ ਝੂਠ ਨਹੀਂ ਬੋਲਿਆ। ਤੇ ਫਿਰ ਆਪਣੇ ਪੁੱਤਰ ਨੂੰ ਕਹੋ ਨਾ ਮੈਨੂੰ ਐਡ ਦੇ ਵਿੱਚ ਪਾਏ। ਐਡ ਜਿੱਤ ਨਹੀਂ ਪਾ ਸਕਦੇ, ਤੈਨੂੰ ਘਰ ਪਾ ਲੈਂਦੇ ਆ। ਐਡੇ ਤੁਸੀਂ ਸ਼ੋਖੇ? ਸ਼ੋਖੇ ਦੀ ਕੀ ਗੱਲ ਹੈ, ਕਿਸ ਚੀਜ਼ ਦੀ ਕਮੀ ਹੈ ਮੇਰੇ 'ਚ? ਤੁਹਾਡੇ 'ਚ ਤੇ ਵਾਧਾ ਹੀ ਵਾਧਾ ਹੈਗਾ, ਕਮੀ ਤੇ ਸਾਡੇ 'ਚ ਹੈਗੀ। ਐਡਾ ਈਜ਼ੀ ਨਹੀਂ ਲੈਣਾ ਮੈਨੂੰ। ਨਹੀਂ ਜੀ, ਪਾਗਲ ਹੈਗਾ ਜਿਹੜਾ ਤੁਹਾਨੂੰ ਈਜ਼ੀ ਲਵੇਗਾ। ਸਹੀ ਗੱਲ ਹੈ ਜੀ। ਬੜੇ ਗੈਟਸ ਨੇ। ਗੈਟਸ ਨੇ? ਹਾਂ ਜੀ। ਕੋਈ ਚਖਾਓ ਹੀ ਕੱਦਾ। ਅੱਛਾ ਮੈਨੂੰ ਦੱਸੋ ਫਿਰ, ਆਪਣੇ ਪੁੱਤਰ ਨੂੰ ਕਹੋਗੇ ਕਿ ਮੈਨੂੰ ਐਡ ਵਿੱਚ ਪਾਏ? ਪਹਿਲੇ ਗੈਟਸ ਤੇ ਦਿਖਾ। ਦਿਖਾਵਾਂ? ਹਾਂ। ਰੋਂਦੇ ਕਿਉਂ ਪਏ ਹੋ? ਇਹ ਪਾਸਾ ਰਹਿ ਰਿਹਾ। ਹੁਣ ਕੀ ਹੋਇਆ? ਹੋਰ ਕਰੋ, ਤੁਹਾਡਾ ਭਰਾ ਕਹਿੰਦਾ। ਇਹ ਕੋਈ ਬੰਦੀ ਦੀ ਚੀਜ਼ ਨਹੀਂ ਹੈ। ਹੋਰ ਕੀ ਹੈ? ਰੋਮ ਨਾ ਰੋਮ ਨਾ ਰੋਮ ਨਾ ਓ ਚੱਲ ਓਏ। ਇਹ ਕੀ ਹਰਾਮ ਦਾ ਮਾਲ ਹੈ? ਬੱਲਾ ਬੱਲਾ ਦੀ ਕਿਸਮ ਦੇ ਰੱਬ ਲੈ ਨਹੀਂ ਤੂੰ ਤੇ ਇਹ ਕੀ ਹਰਾਮ ਦਾ ਮਾਲ ਸਮਝੇ? ਨਹੀਂ ਤੁਹਾਡੀਆਂ ਗੱਲਾਂ, ਜੇ ਮਰਜ਼ੀ ਲੁੱਟ ਕੇ ਲੈ ਜਾਵੇ। ਹੈਗਾ ਕੀ ਇੱਥੇ ਲੁੱਟਣ ਦਾ? ਨਾ ਕਰ ਪੱਪੂ ਦੀ ਮਾਂ ਕਿੱਥੇ ਵੇ? ਕਿੱਥੇ ਪੱਪੂ ਦੀ ਮਾਂ? ਲੈ ਪੱਪੂ ਨੇ ਆਣਾ ਨਹੀਂ। ਕਿੱਥੋਂ? ਤਿੰਨ ਵਿਤਰ ਹੁੰਦੇ ਨੇ, 17 ਰਕਾਤਾਂ ਹੁੰਦੀਆਂ ਨੇ। ਜੇ ਬੰਦਾ ਥੋੜੀ ਸੌਂ ਲੈ ਨੇ, ਬਾਅਦ ਜਿਵੇਂ 2 ਨਫਲ ਪੜ ਲੈ, ਉਹਨੂੰ ਤਹਜੁਦ ਕਹਿੰਦੇ ਨੇ। ਆਹ ਤੁਹਾਨੂੰ ਰਾਈਵਨ ਵਾਲੀ ਬੱਸ ਪਾਉਂ। ਹਾਂ ਬੇਟਾ, ਸਮਾਲ ਬੱਸ। ਮੈਨੂੰ ਕਹਿੰਦਾ ਨਿੱਕਾ ਚਾਹੀਦਾ ਨਿੱਕਾ। ਤੇ ਦਿਓ ਅਗਲਾ ਆਰਡਰ ਬੁੱਕ ਕਰਾਉਣ ਦੀ। ਆਰਡਰ ਕਿੱਥੋਂ ਦਾ? ਲੈ ਇਹ ਤੇ ਕੋਈ ਗੱਲ ਨਾ ਹੋਈ ਨਾ, ਉਹਨੀ ਬੜੀ ਹੋ ਗਈ ਉਹ। ਪਤਾ ਸਭ ਕੁਝ ਖੋਚਲ ਜਈ ਨਾ ਹੋਵੇ ਤੇ ਹੈਗੀ ਅਲਹਮਦੁਲਿਲਾ। ਮੈਂ ਕਿ ਤੂੰ ਆਪੇ ਕਿਹਾ ਸੀ ਨਾ ਛੋਟਾ ਭਰਾ ਚਾਹੀਦਾ। ਉਹਦਾ ਪਿਓ ਮਰ ਗਿਆ ਜਿਹਨੇ ਕਿਹਾ। ਅੱਛਾ ਜੀ, ਮੁਗਰਨ ਦੇ ਆ। ਚਲੋ ਜੀ, ਉਹਨੇ ਛੋਟਾ ਨਹੀਂ ਲੈਂਦੇ, ਵੱਡਾ ਹੀ ਲਾਂਗੇ। ਗੱਲ ਸੁਣ, ਉਹ ਜਿਹੜੀ ਖੱਤੀ ਨਾਲ ਤੂੰ ਵਿਆਹ ਕੀਤਾ, ਉਹਦਾ ਕੋਈ ਮਾਂ ਪਿਓ ਵੀ ਹੈਗਾ ਕਿ ਨਹੀਂ? ਬਸ ਪਾਪਾ ਸੀ ਉਹਦੇ ਮਾਂ ਬਾਪ। ਸਦਕੇ ਜਾਵਾਂ, ਬੜੀ ਐਂਟਰੀ ਪਾਈ ਹੈ ਸ਼ਾਮ ਤੇ ਰੀਨਾ ਨੇ। ਹੁਣੇ ਮੈਂ ਕਹਾਂਗਾ ਜੀ ਆਟੋਗ੍ਰਾਫ ਦੇ ਦਿਓ। ਕੌਣ ਹੋ ਤੁਸੀਂ? ਗਰੀਬਾਂ ਦੀ ਕੀ ਸ਼ਨਾਖਤ ਹੋ ਸਕਦੀ ਹੈ? ਸੋ ਇਸ ਤੇ ਕਿ ਅਸੀਂ ਗਰੀਬ ਆ। ਹਾਏ ਹਾਏ, ਬੜੀ ਸਟੋਰੀ ਚੁੱਕੀ ਹੈ ਬਈ, ਕੀ ਡਲੈਗ ਮਾਰਿਆ ਤੁਸੀਂ? ਅੱਛਾ, ਗਰੀਬ ਆਦਮੀ ਆਪਣਾ ਤਾਰਫ ਕਰਾ ਤੋਂ ਡਲੈਗ ਮਾਰਿਆ ਵੇ? ਆਪਣੇ ਆਪ ਤੁਹਾਨੂੰ ਕਿੱਸਾ ਸਮਝਾਵੇ ਹੋ? ਆਪਣੇ ਧੀ ਨੂੰ ਸਮਝਾ ਜਿਹਨੇ ਮੇਰੇ ਮੁੰਡੇ ਨੂੰ ਫਸਾ ਲਿਆ, ਤੇ ਪਤਾ ਕੀ ਐਗਰੀਮੈਂਟ ਕਰ ਲਿਆ? ਅਸੀਂ ਗਰੀਬ ਲੋਕ ਆ, ਅਸੀਂ ਗਰੀਬ, 4 ਕਰੋੜ ਰੁਪਈਆ ਲੈ ਗਈ, ਰੋਜ਼ 100 ਰੁਪਏ ਦਾ ਫਲੂਦਾ ਖਾਂਦੀ ਮਾਈ। ਓਏ ਸਾਡੀ ਧੀ ਨੂੰ ਬੁਲਾਓ, ਪੁੱਤੇ ਗੱਲ ਨਾ ਕਰੋ। ਆ ਗਈ ਹਰ ਵੇਲੇ ਮੈਨੂੰ ਕੀ ਦਾਨੂ ਕਹਿੰਦੀ ਰਹਿੰਦੀ। ਦਾਨੂ ਪੈਕਿੰਗ ਬਿਲਕੁਲ ਠੀਕ ਹੈ। ਸੂਰਜ ਕੱਢ ਕੇ ਆ ਗਈ। ਥੋੜਾ ਦੀ ਓ, ਥੋੜਾ ਨਹੀਂ ਸੋਰਾ ਮੈਨੂੰ ਤੇਰੇ ਪੈਸਿਆਂ ਦੀ ਜ਼ਰੂਰਤ ਨਹੀਂ, ਮੈਂ ਬਿਲਕੁਲ ਠੀਕ ਹਾਂ। ਮੈਂ ਤੇ ਸਿਰਫ ਚੈੱਕ ਕਰ ਰਹੀ ਸਰ, ਜਿਸ ਆਦਮੀ ਨੇ ਮੇਰੀ ਆਵਾਜ਼ ਤੱਕ ਨਹੀਂ ਸੁਣੀ, ਮੇਰੇ ਨਾਲ ਵਿਆਹ ਕਰਨ ਦਾ ਫੈਸਲਾ ਕਰ ਲਿਆ, ਅਗਰ ਕੱਲ ਨੂੰ ਮੈਂ ਬਿਮਾਰ ਹੋ ਗਈ, ਮੇਰੇ 'ਚ ਕੋਈ ਨੁਕਸ ਆ ਗਿਆ, ਮੈਨੂੰ ਛੱਡ ਤੇ ਨਹੀਂ ਦੇਗਾ। ਮੈਂ ਤੇਰੇ ਵਰਗੇ ਬੰਦੇ ਨਾਲ ਰਹਿਣਾ ਹੀ ਨਹੀਂ ਚਾਹੁੰਦੀ, ਮੈਨੂੰ ਤਲਾਕ ਚਾਹੀਦੀ ਹੈ। ਕੀ ਹੋਇਆ ਜੇ ਜ਼ੁਬਾਨ ਖਰਾਬ ਹੈ? ਇਨਸਾਨੀਅਤ ਵੀ ਕੋਈ ਚੀਜ਼ ਹੁੰਦੀ ਹੈ? ਕਿਹੜੀ ਇਨਸਾਨੀਅਤ? ਪੈਸਾ ਹੀ ਸਭ ਕੁਝ ਨਹੀਂ ਹੁੰਦਾ। ਅੱਛਾ, ਇਹ ਤਾਂ ਸੰਭਾਲ ਲਓ ਬਾਬਾ ਜੀ, ਮੈਂ ਬਣਾਵਾਂਗਾ ਤੈਨੂੰ ਮਿਸ ਵਰਲਡ। ਛੱਡ ਮੇਰਾ ਹੱਥ, ਮੈਂ ਨਹੀਂ ਬਣਨਾ ਮਿਸ ਵਰਲਡ। ਕਿਉਂ? ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲੈ, ਅਸਲ ਮਿਸ ਵਰਲਡ ਉਹ ਹੈ ਜਿਹੜੀ ਇੱਕ ਅੱਛੀ ਬੀਵੀ ਸਾਬਤ ਹੋਵੇ, ਬਸ। ਬੇਸ਼ੱਕ, ਇਹ ਤੇ ਅਮਲ ਕਰਨਾ ਹੈ। ਮੈਂ ਦੱਸ ਦੇ, ਮੈਂ ਮਤਲਾਤ ਨੂੰ ਦੇ ਦੇ ਅਮਲ ਕਰਨਾ ਹੈ ਜੀ, ਕਹਿੰਦੇ ਕਿ ਮੈਂ 4 ਦਿਨ ਦੀ ਦਵਾਈ ਦਿੱਤੀ ਉਹਨੂੰ, ਸਮਝਿਆ? ਇਹ ਫਾਈਲ ਮੈਂ ਲੈ ਗਿਆ, ਬੜੀ ਮਿਹਰਬਾਨੀ ਚਾਚਾ ਜੀ। ਹੋਰ ਸਾਰੀ ਫਾਈਲ ਵੀ ਉਹਨੂੰ ਦੇ ਦਿੱਤੀ। ਕੋਈ ਗੱਲ ਨਹੀਂ, ਵੇਲੀ ਹੈਗੇ ਜੀ, ਤੇ ਆਪਣੇ ਪਹਿਲੇ ਸਾਡਾ ਵੀ ਕੰਮ। ਮਾਂ ਜੀ, ਮਾਂ ਜੀ, ਹਾਂ ਜੀ, ਪਲੀਜ਼ ਰੁਕ ਜਾਓ। ਕਿਉਂ?
मैं तेरे को माफ़ी मंगनी चाहना माँ जी, मेरे को गलती हो गई, मैं तुहाड़ी बच्ची नूं बड़ा दुख दिते ने माँ जी, ये तो मैं अजाला करना चाहना माँ जी, इस साल मैं तुहानूं शराब पिलानी। तुम ठीक निकलोगी, ये मैंने कभी सोचा भी नहीं था। अच्छा हाँ तू तो पहले कहने से पैकिंग ठीक है तेरी बीवी एहो जी तेनू मान करना चाहिए। मैनू ईजी नहीं लैना सोलिया। क्यों सोनी है पागला, तेनू अपनी बीवी दी क्वालिटीयां दा नहीं पता। की तेरे च क्वालिटीयां ने दसा? तेरे च इन्फ्रारेड है? अच्छा मेरी गल ब्लूटूथ है। चल वे ब्लूटूथ है। एसएमएस दा 1 रुपया ए खबरदार। खबर तंबाकू नहीं, कोई इनकमिंग फ्री नहीं। क्यों नहीं हैगी? तमीज नाल गल कर। पैसे लगे ने। केड़े पैसे? जेड़े वापस ले लेने। जा काम कर, पैसे मेरी गल सुन। हां मजाक ते अपनी जगह है। सही गल। लेकिन एक गल तां दसा। दसो। कदी भी जिंदे च कोई नुक्स होवे ओदा मजाक नहीं उड़ाईदा, अल्लाह ताला नाराज होंदा है। बेशक। ओदी लाठी बे आवाज़ है, ओदे कोलो डरना चाहिए। बेशक। है ना? मेरी अखां खुल गई। शुक्र है अल्लाह दा, तेरी अखां ही खुलियां ने। कोई गल नहीं, अल्लाह ताला सानू माफ करे जलजलियां तो, परेशानियां तो अल्लाह ताला सानू दूर करे, और जलजले तो जेड़े बेचारे परेशान होए ने अल्लाह ताला उन्हां दी भी परेशानियां दूर करे। ये अल्लाह दे रंग ने सानू अल्लाह कोलो माफी मंगनी चाहिए। बंदा जेहे जे भी होवे, लंगड़ा होवे, अन्ना होवे, बोला होवे, थथा होवे, ये सारे अल्लाह दे रंग ने, या अल्लाह मैनूं माफ कर दे।